ਅਕਾਲੀ ਦਲ ਨੇ ਨਾ ਅਸਲ 'ਚ ਪਿਛਲੇ 30 ਤੋਂ 35 ਸਾਲਾਂ ਦੇ ਵਿੱਚ ਜਿਹੜੀ ਲੀਹ ਬਦਲੀ ਆ, ਸਿਆਸਤ ਬਦਲੀ ਆ, ਜਥੇਬੰਦਕ ਲਾਈਨ ਬਦਲੀ ਆ, ਕਾਰਜਸ਼ੈਲੀ ਬਦਲੀ ਆ, ਇਹ ਨਿਘਾਰ ਉਹਦੇ ਕਰਕੇ ਆ, ਇਹ ਬੰਦੇ ਕਰਕੇ ਨਹੀਂ। ਜਾਏ ਆਪਾਂ ਕਹੀਏ ਵੀ ਸੁਖਬੀਰ ਕਰਕੇ ਆ, ਢੀਂਡਸੇ ਕਰਕੇ ਆ, ਬੰਟੀ ਰਮਾਣੇ ਕਰਕੇ ਆ, ਬਲਟੋਹੇ ਕਰਕੇ ਆ, ਉਹ ਤਾਂ ਜਿਹੀ ਜੀ ਕੁੱਕ ਉਹੋ ਜਿਹੀ ਕੁੱਕ ਉਹਦੇ ਬੱਚੇ। ਮੈਂ ਕਹਿੰਦਾ ਤੁਸੀਂ ਕਹੋ ਮਾਫ਼ੀ ਮੰਗ ਲਓ। ਮਾਫ਼ੀ ਕਾਹਦੀ? ਜਾਣੇ ਜਾਂ ਅਣਜਾਣੇ ਭੁੱਲਾਂ ਹੋਈਆਂ ਹੋਣਗੀਆਂ। ਇਹ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਪਾਠ ਕਰਦੇ ਆ ਨਾ ਜੀ, ਉਦੋਂ ਕਹਿੰਦੇ ਨੇ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ, ਜੇ ਜਾਣੇ ਅਣਜਾਣੇ ਗਲਤੀ ਹੋਈ ਹੋਵੇ ਤਾਂ ਮਾਫ਼ ਕਰਨਾ। ਤੇ ਸੈਣੀ ਨੂੰ DGP ਅਣਜਾਣੇ ਜਾਣੇ ਅਣਜਾਣੇ ਲਾਇਆ, ਜਿੰਨੇ ਸ਼ਿਕਾਰੀ ਪੁਲਿਸ ਅਫਸਰ ਆ ਉਹਨਾਂ ਦੇ ਮੁਕੱਦਮੇ ਸਰਕਾਰੀ ਖਰਚੇ 'ਤੇ ਲੜਨਾ ਜਾਣੇ ਅਣਜਾਣੇ ਸੀ। ਅਕਾਲ ਤਖ਼ਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ ਜੇਬ 'ਚ ਪਾ ਲੈਣਾ, ਇਹ ਜਾਣੇ ਅਣਜਾਣੇ ਸੀ। ਕੌਂਕੇ ਸਾਹਿਬ ਦੀ ਰਿਪੋਰਟ ਆ, ਸ਼ਾਇਦ ਆਪਾਂ ਪਹਿਲਾਂ ਵੀ ਗੱਲ ਕੀਤੀ ਹੋਵੇ, ਚਾਹੀਦਾ ਇਹ ਸੀ ਉਹ ਸਰਕਾਰ ਨੂੰ ਹਦਾਇਤ ਕਰਦੇ ਕਾਰਵਾਈ ਕਰ, ਇਹਨਾਂ ਨੂੰ ਬੁਲਾਉਂਦੇ ਵੀ ਤੁਸੀਂ ਕਿਉਂ ਨਾ ਕੀਤੀ, ਸਰਕਾਰ 'ਤੇ ਮਸਲਾ ਫੋਕਸ ਹੁੰਦਾ। ਇਹ ਕਹਿੰਦੇ ਵੀ ਇਹ ਵੀ ਸਤੋਂ ਭੁੱਲ ਹੋਈ ਆ, ਮਸਲਾ ਕਿਹੜੇ ਪਾਸੇ ਨੂੰ ਜਾਣਾ ਸੀ, ਇਹਨਾਂ ਨੇ ਕਿਹੜੇ ਪਾਸੇ ਨੂੰ ਤੋਰਤਾ। ਬਾਦਲ ਸਾਹਿਬ ਤਾਂ ਖੁਦ ਗਵਾਹ, ਕੌਂਕੇ ਦੇ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ, SSP ਨਾਲ ਗੱਲਾਂ ਹੋਈਆਂ ਹੋਈਆਂ। ਇਹਨੇ ਮਾਫ਼ੀ ਮੰਗੀ ਸੀ ਕਿ ਤੁਸੀਂ ਸਾਨੂੰ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ, ਸਾਡੇ 'ਤੇ ਦਬਾਅ ਪਾ ਕੇ ਜਾਂਚ CBI ਵੱਲ ਤੋਰਤੀ। ਕੋਰਾ ਝੂਠਾ। ਤੁਹਾਡੇ ਆਹ ਲੱਛਣਾਂ ਤੋਂ ਬਾਅਦ ਜਦੋਂ ਤੁਸੀਂ ਸਰਸਿਆਂ ਨੂੰ ਟੋਟਲ ਬਰੀ ਕਰਤਾ, ਸਿੱਖ ਮੁੰਡਿਆਂ 'ਤੇ ਪਾਤਾ ਸਾਰਾ ਕੁਛ, ਤਾਂ ਤੁਹਾਡੇ 'ਤੇ ਵਿਸ਼ਵਾਸ ਉੱਠਿਆ ਸੀ। ਜਦੋਂ ਲੋਕ ਸਭਾ 'ਚ ਉਦੋਂ ਅਮਿਤ ਸ਼ਾਹ ਮੁੱਕ ਰਿਹਾ ਵੀ ਅਸੀਂ ਕੋਈ ਸਜ਼ਾ ਨਹੀਂ ਘਟਾ ਰਹੇ ਕਿਸੇ, ਉਦੋਂ ਕਿਉਂ ਨਾ ਬੋਲੇ? ਹੁਣ ਤੁਸੀਂ ਮਸਲਾ ਉਠਾਇਆ, ਉਹਨੇ ਤੁਹਾਨੂੰ ਪਤਾ ਹੀ ਆ ਬੀਬੀ ਬਾਦਲ ਨੂੰ ਕਿਵੇਂ ਸਨੱਬ ਕੀਤਾ। ਜਿਹੜੀ ਤੁਸੀਂ ਕਾਂਗਰਸ ਦੀ ਗੱਲ ਕਰਦੇ ਹੋ ਨਾ, ਉਹ ਕਹਿੰਦੇ ਵੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ। ਵੀ ਤੁਸੀਂ 5 ਸਾਲ ਸਿਆਸਤ ਦੇ ਨਾਂ 'ਤੇ ਧੰਦਾ ਚਲਾਉਂਦੇ ਹੋ, ਅਗਲੇ 5 ਸਾਲ ਉਹ ਧੰਦੇ ਨੂੰ ਚੱਲਦਾ ਰੱਖਣ ਲਈ ਤੁਸੀਂ ਸਰਕਾਰ ਨਾਲ ਠੁਮਕ ਠੁਮਕ ਕਰੀ ਜਾਂਦੇ ਹੋ। ਜਿਹੜੇ ਪਾਸੇ ਮੋਦੀ ਤੁਰਿਆ, ਤੁਰਿਆ ਤਾਂ ਇੱਥੋਂ ਸੀ ਨਾ, ਕਾਂਗਰਸ ਮੁਕਤ ਭਾਰਤ, ਫਿਰ ਕਹਿੰਦਾ ਸਵਾਲ ਮੁਕਤ ਮੀਡੀਆ, ਫਿਰ ਕਹਿੰਦਾ ਅੰਦੋਲਨ ਮੁਕਤ ਸੜਕਾਂ, ਪਹੁੰਚ ਕਿੱਥੇ ਗਿਆ? ਵਿਰੋਧੀ ਧਿਰ ਮੁਕਤ ਸੰਸਦ। ਨਵਜੋਤ ਸਿੰਘ ਸਿੱਧੂ ਇੱਕ ਥਾਂ ਖੜ ਗਏ, ਖੜਦੇ ਨਹੀਂ ਆ, ਇਹ ਇੱਧਰ ਉੱਧਰ ਜਾਂਦੇ ਪਏ ਆ ਸਿਰਫ ਇਸ ਕਰਕੇ ਕਿਉਂਕਿ ਇਹ ਪ੍ਰਧਾਨਗੀ ਭਾਲਦੇ। ਪਹਿਲੀ ਮੇਰੀ ਗੱਲ ਸੁਣੋ ਜੀ, ਤੁਸੀਂ ਪ੍ਰਧਾਨਗੀ ਦਾ ਠੇਕਾ ਲਿਆ ਹੋਇਆ, ਤੁਸੀਂ ਛੱਡ ਕੇ ਦਿਖਾ ਦਿਓ ਪ੍ਰਧਾਨਗੀ ਨਾ, ਤੁਸੀਂ ਕਹੋ ਉਹਨੇ ਤਾਂ ਛੱਡਿਆ। ਪੰਜਾਬ ਕਾਂਗਰਸ ਨੂੰ ਖਰਾਬ ਸਿੱਧੂ ਕਰਨਾ ਚਾਹੁੰਦਾ ਕਿ ਬਿਲਡਿੰਗ? ਮੈਂ ਦੋਹੇ ਨਹੀਂ ਕਰਨਾ ਚਾਹੁੰਦੇ ਖਰਾਬ। ਜਦੋਂ ਸਿੱਧੂ ਜੇਲ੍ਹ ਗਿਆ, ਸੁਪਰੀਮ ਕੋਰਟ ਨੇ ਬਰੀ ਕੀਤਾ ਹੋਇਆ ਬੰਦਾ, ਰਿਵਿਊ ਪਟੀਸ਼ਨ 'ਚ 23 ਦੀ ਧਾਰਾ 'ਚ 1 ਸਾਲ ਕੈਦ ਕੱਟ ਕੇ ਆਇਆ ਨਾ, ਰੰਧਾਵੇ ਦਾ ਪ੍ਰਤੀਕਰਮ ਮੈਂ ਸੁਣਿਆ, ਕਹਿੰਦਾ ਸਿੱਧੂ ਨੇ ਜੋ ਕਾਂਗਰਸ ਨਾਲ ਕੀਤੀ ਸੀ ਰੱਬ ਨੇ ਉਹਨੂੰ ਸਜ਼ਾ ਦੇ। ਹੁਣ ਤੁਸੀਂ ਦੇਖੋ ਖੋਖਲਾਪਣ ਕਿੰਨਾ ਹੈ ਵਿਚਾਰਾਂ ਦਾ। ਜਿਹੜਾ ਸਿੱਧੂ ਲੀਡਰ ਬਣਨਾ ਚਾਹੁੰਦਾ, ਕਿਉਂ? ਸਿੱਧੂ ਦੇ ਖਰਸ ਪਈ ਹੋਈ ਹੈ ਵੀ ਉਹ ਬਣ ਨਹੀਂ ਸਕਦਾ। ਇਮਾਨਦਾਰ ਤੁਹਾਡੇ ਨਾਲੋਂ ਵੱਧ, ਤਿਆਗੀ ਤੁਹਾਡੇ ਨਾਲੋਂ ਵੱਧ, ਦ੍ਰਿੜਤਾ ਤੁਹਾਡੇ ਨਾਲੋਂ ਵੱਧ, ਕਿਉਂ ਨਹੀਂ ਬਣ ਸਕਦਾ ਜੀ ਉਹ? ਵੀ ਦੀਆਂ ਚੋਣਾਂ ਨਜ਼ਦੀਕ ਨੇ ਔਰ ਹੁਣ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਲੋਕਾਂ ਨੂੰ ਭਰਮਾਇਆ ਜਾ ਸਕੇ, ਲੋਕ ਆਪਣੇ ਵੱਲ ਕੀਤੇ ਜਾ ਸਕਣ ਤਾਂ ਕਿ ਵੋਟਾਂ ਬਟੋਰੀਆਂ ਜਾ ਸਕਣ। 2024 ਦੀਆਂ ਚੋਣਾਂ ਹੁਣ ਸਿਰ 'ਤੇ ਖੜੋਤੀਆਂ ਨੇ, 2024 ਸ਼ੁਰੂ ਹੋ ਚੁੱਕਿਆ, ਕਦੇ ਵੀ ਐਲਾਨ ਹੋ ਸਕਦਾ, ਕਦੇ ਵੀ ਬਿਗਲ ਵੱਜ ਸਕਦਾ ਅਤੇ ਉਸੇ ਦੇ ਵਿੱਚ ਪੰਜਾਬ ਦੇ ਅੰਦਰਲੀ ਸਿਆਸਤ ਖਾਸੀ ਭਖੀ ਹੋਈ ਹੈ। ਅੱਜ ਮੁੱਖ 2 ਸ਼੍ਰੇਣੀਆਂ ਦੀ ਗੱਲ ਕਰਾਂਗੇ, ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਉਸਦਾ ਆਉਣ ਵਾਲਾ ਅੱਗੇ ਭਵਿੱਖ
ਭਵਿੱਖ ਕੀ ਕਹਿੰਦਾ ਆ, ਔਰ ਨਾਲੋ ਨਾਲ ਗੱਲ ਕਰਨੀ ਚਾਹਾਂਗੇ ਕਾਂਗਰਸ ਦੀ ਵਿਸ਼ੇਸ਼ ਤੌਰ ਦੇ ਉੱਤੇ, ਕਿਉਂਕਿ ਕਾਂਗਰਸ ਦੇ ਅੰਦਰ ਵੀ ਖਾਸਾ ਭੁਚਾਲ ਮੱਚਿਆ ਹੋਇਆ ਕਿ ਹਾਲਾਤ ਨੇ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਕੀ, ਪੰਜਾਬ ਦੀ ਸਿਆਸਤ ਕਹਿੰਦੀ ਹੈ। ਅੱਜ ਮਲਵਿੰਦਰ ਮਾਲੀ ਜੀ ਨਾਲ ਮੌਜੂਦ ਹਾਂ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਡੂੰਘੇ ਵਿਸ਼ਲੇਸ਼ਕ ਨੇ, ਸਿਆਸੀ ਵਿਸ਼ਲੇਸ਼ਕ ਨੇ, ਔਰ ਚੰਗੀ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ। ਮਾਲੀ ਸਾਹਿਬ ਬਹੁਤ ਸ਼ੁਕਰੀਆ ਜੀ ਸਮਾਂ ਦਿੱਤਾ। ਸ਼ੁਕਰੀਆ ਜੀ, ਸ਼ੁਕਰੀਆ। ਅੱਛਾ, ਇਹੀ ਸ਼ੁਰੂਆਤ ਕਰਦੇ ਹਾਂ। ਮੈਂ ਸ਼ੁਰੂਆਤ ਪੰਜਾਬ ਦੀ ਇੱਕ ਪੁਰਾਣੀ ਪਾਰਟੀ ਤੋਂ ਕਰਨੀ ਚਾਹੁੰਦਾ ਹਾਂ, ਸ਼੍ਰੋਮਣੀ ਅਕਾਲੀ ਦਲ ਤੋਂ। ਅਤੇ ਮੌਜੂਦਾ ਹਾਲਾਤ ਇੱਕ ਪਾਸੇ ਤਾਂ ਆਪਾਂ ਪਹਿਲਾਂ ਵੀ ਵੈਸੇ ਗੱਲ ਕਰ ਚੁੱਕੇ ਹਾਂ, ਮੈਂ ਦੁਬਾਰਾ ਲਿਆਉਣੀ ਚਾਹੁੰਦਾ ਹਾਂ। ਸੁਖਬੀਰ ਸਿੰਘ ਬਾਦਲ ਦੀ ਮੁਆਫੀ ਤੋਂ ਬਾਅਦ ਜਿਹੜੀ ਹੈ ਉਹ ਗੱਲਾਂ ਬਾਤਾਂ ਕੁਝ ਹੋਰ ਹੋਣ ਲੱਗ ਗਈਆਂ ਨੇ। ਹੁਣ ਮੁਆਫੀ ਨੇ ਅਚਾਨਕ ਇੱਕ ਵੱਡਾ ਖਲਾਅ ਪੈਦਾ ਕਰ ਦਿੱਤਾ ਆ, ਜਿਹਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਕਿ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਰੁਝਾਨ ਵਧਣਾ ਸ਼ੁਰੂ ਹੋ ਜਾਵੇ। ਉਹਨਾਂ ਦੇ ਪੁਰਾਣੇ ਲੀਡਰਾਂ ਦਾ ਤਾਂ ਵਧਣ ਲੱਗ ਗਿਆ। ਅਸਲ ਗੱਲ ਇਹ ਹੈ ਨਾ ਜੀ, ਮੁਲਕ ਵੀ ਸੰਕਟ 'ਚ ਆ ਅਤੇ ਪੰਜਾਬ ਵੀ ਸੰਕਟ 'ਚ ਆ। ਹਰ ਥਾਂ 'ਤੇ ਸੰਕਟ ਦੀ ਤਿੱਖ ਕਹਿ ਲਈਏ, ਧਾਰ ਕਹਿ ਲਈਏ, ਪ੍ਰਭਾਵ ਕਹਿ ਲਈਏ, ਉਹ ਪਰ ਵੱਖੋ ਵੱਖਰਾ ਸੂਬਿਆਂ ਦੇ ਕਰਕੇ, ਉਹਦੇ ਕਰਕੇ। ਇਸ ਕਰਕੇ ਹਾਲਾਤ ਜਿਹੜੀ ਬਦਲੀ ਹੋਈ ਆ ਉਹਦੇ ਵਿੱਚ ਹਰ ਇੱਕ ਨੂੰ ਆਪਣੇ ਆਪ ਨੂੰ ਢਾਲਣਾ ਪੈਣਾ, ਜਿਹਨੂੰ ਆਪਾਂ ਕਹਿੰਦੇ ਹਾਂ ਸਰਵਾਈਵਲ ਆਫ ਦੀ ਫਿਟੈਸਟ। ਚੋਣਾਂ ਸਿਆਸਤ ਦਾ ਇੱਕ ਹਿੱਸਾ, ਪਰ ਚੋਣਾਂ ਲੜਨ ਦਾ ਆਧਾਰ ਤੁਹਾਡੀ ਪੋਲੀਟਿਕਸ ਬਣਦੀ ਆ, ਸਿਆਸਤ ਬਣਦੀ ਆ। ਉਹ ਤੁਹਾਡੀ ਸਿਆਸਤ ਕਿੰਨੀ ਕੁ ਢੁਕਵੀਂ ਆ, ਕਿਉਂਕਿ ਸਾਰਿਆਂ ਦਾ ਸਮਾਜੀ ਆਧਾਰ ਤਾਂ ਇੱਕੋ ਆ ਨਾ ਜੀ। ਪੰਜਾਬ ਜੇ ਆਪਾਂ ਕਹਿ ਲਈਏ ਉਹੀ ਲੋਕ ਨੇ, ਉਹੀ ਆ, ਸਾਰੀਆਂ ਸ਼ਕਤੀਆਂ ਨੇ ਉਹ 'ਤੇ ਐਕਟ ਕਰਨਾ। ਕਿਹੜਾ ਕਿਹੜੀ ਢੁਕਵਾਂ ਐਕਟ ਕਰ ਜੂ, ਕਿਹੜਾ ਹੀ ਉਹਨਾਂ ਦੀ ਨਬਜ਼ ਫੜ ਜੂ, ਉਹਨੇ ਅੱਗੇ ਨਿਕਲ ਜਾਣਾ। ਜਿਹੜੀ ਉੱਖੜ ਜੂ ਉਹ ਉੱਖੜ ਜੂ। ਪੰਜਾਬ ਬਹੁਤ ਵੱਡੇ ਸੰਕਟ 'ਚ ਆ, ਇਹਦਾ ਥਾਂ ਨਹੀਂ ਪਾਇਆ ਜਾ ਰਿਹਾ। ਸਿਆਸੀ ਪਾਰਟੀਆਂ ਨੂੰ ਸਮਝਣ ਦੀ ਲੋੜ ਆ ਅਤੇ ਬਦਲਣ ਦੀ ਲੋੜ ਆ। ਜਿਹੜੀਆਂ ਇਸ ਰਾਹ ਨਹੀਂ ਤੁਰਦੀਆਂ ਉਹ ਖੇਡਦੀਆਂ। ਤੁਸੀਂ ਇਹ ਦੇਖ ਲਓ ਕਿ ਗਰੰਟੀਆਂ ਦੀ ਸਿਆਸਤ ਨੇ, ਮਤਲਬ ਚੁਟਕਲੇਬਾਜ਼ਾਂ ਨੇ, ਜਿਹਨਾਂ ਕੋਲ ਕੋਈ ਠੋਸ ਪਲਾਨ ਵੀ ਹੈ ਨਹੀਂ ਸੀ, ਜਥੇਬੰਦੀ ਵੀ ਉਸ ਤਰ੍ਹਾਂ ਦੀ ਹੈ ਨਹੀਂ। ਮਤਲਬ ਲੋਕ ਅੱਕੇ ਪਏ ਸੀ ਇਹਨਾਂ ਤੋਂ, ਉਹ ਕਹਿੰਦੇ ਯਾਰ ਇਹਨਾਂ ਤੋਂ ਖੇੜਾ ਛਡਾਓ, ਦੇਖੀ ਜਾਊ ਇਹਨਾਂ ਨਾਲ ਜਿਵੇਂ ਹੁਣ ਨਜਿੱਠ ਲਾਂਗੇ। ਬਖਸ਼ਿਆ ਉਹਨਾਂ ਨੂੰ ਵੀ ਨਹੀਂ, ਜਿਹੜੀ ਕਹਿੰਦੇ ਸਾਡੀ ਰਾਜਧਾਨੀ ਆ ਸੰਗਰੂਰ ਸੀਟ 'ਚ, ਮੈਂ 6 ਮਹੀਨੇ 'ਚ ਡੰਡਾ ਡੇਰਾ ਉਲਟਾਤਾ ਸੀ। ਸੋ ਇਸ ਕਰਕੇ ਜਿਹੜਾ ਅਕਾਲੀ ਦਲ ਦਾ ਸੰਕਟ ਆ, ਪੰਥਕ ਸੰਕਟ ਆ, ਪੰਜਾਬਕ ਸੰਕਟ ਆ, ਉਹਨੂੰ ਸਮਝਣ ਦੀ ਲੋੜ ਆ। ਇਹ ਉਹਨੂੰ ਸਮਝ ਨਹੀਂ ਰਹੇ ਅਸਲ ਦੇ ਵਿੱਚ। ਇਹ ਕਰਦੇ ਨੇ ਵਿਹਾਰ 'ਚ ਉਤਰਾਈਆਂ, ਜਿਵੇਂ ਚੋਣਾਂ ਵੇਲੇ ਨਾ ਝੂਠੇ ਲਾਰੇ ਲਾ ਕੇ ਜੋ ਮਰਜ਼ੀ ਵਾਅਦਾ ਕਰ ਲਓ ਕਰਦੇ ਸੀ। ਲੋਕ ਤਾਂ ਇਹ ਕਹਿਣ ਲੱਗੇ ਸੀ ਵੀ ਇਹ ਝੂਠ ਮੈਨੀਫੈਸਟੋ ਆ, ਚੋਣ ਮੈਨੀਫੈਸਟੋ ਥੋੜ੍ਹਾ ਆ, ਇਹ ਕਾਨੂੰਨੀ ਦਸਤਾਵੇਜ਼ ਬਣੇ, MOU ਬਣੇ ਲੋਕਾਂ ਨਾਲ। ਇਹ ਕਹਿੰਦੇ ਨੇ ਸਾਨੂੰ ਸੱਤਾ ਸੌਂਪੀ ਆ, ਆਹ ਕਰਾਂਗੇ। ਜੇ ਨਹੀਂ ਕਰਦੇ ਇਹਦੀ ਅਦਾਲਤੀ ਨਿਗਰਾਨੀ ਹੋਵੇ। ਇਹੋ ਜਿਹੇ ਇਹਨਾਂ ਨੇ ਮੁੜ ਕੇ ਚੋਣ ਮੈਨੀਫੈਸਟ ਛੱਡ ਤੇ, ਮੋਦੀ ਕੀ ਗਰੰਟੀ ਹੈ, ਕੇਜਰੀਵਾਲ ਕੀ ਗਰੰਟੀ ਹੈ, ਇਸ ਪਾਸੇ ਆ ਗਏ। ਅਕਾਲੀ ਦਲ ਨੇ ਨਾ ਅਸਲ 'ਚ ਪਿਛਲੇ 30 ਸਾਲਾਂ 'ਚ, 30 ਤੋਂ 35 ਸਾਲਾਂ ਦੇ ਵਿੱਚ ਜਿਹੜੀ ਲੀਹ ਬਦਲੀ ਆ, ਸਿਆਸਤ ਬਦਲੀ ਆ, ਜਥੇਬੰਦਕ ਲਾਈਨ ਬਦਲੀ ਆ, ਕਾਰਜਸ਼ੈਲੀ ਬਦਲੀ ਆ, ਇਹ ਨਿਘਾਰ ਉਹਦੇ ਕਰਕੇ ਆ, ਇਹ ਬੰਦੇ ਕਰਕੇ ਨਹੀਂ। ਜਾਏ ਆਪਾਂ ਕਹੀਏ ਵੀ ਸੁਖਬੀਰ ਕਰਕੇ ਆ, ਢੀਂਡਸੇ ਕਰਕੇ ਆ, ਬੰਟੀ ਰਮਾਣੇ ਕਰਕੇ ਆ, ਬਲਟੋਹੇ ਕਰਕੇ ਆ, ਉਹ ਤਾਂ ਜਿਹੀ ਜੀ ਕੋਕੋ, ਉਹੀ ਜੀ ਕੋਕੋ ਦੇ ਬੱਚੇ। ਜਿਹੀ ਜੀ ਅਕਾਲੀ ਦਲ ਨੇ ਲੀਹ ਬਦਲੀ, ਬਾਦਲ ਸਾਹਿਬ ਨੇ ਬੇਵਫਾਈ ਕੀਤੀ ਕਾਸ਼ੀ ਰਾਮ ਨਾਲ, 96 'ਚ ਐਡੀ ਹੁੰਜਾ ਫਿਰ ਜਿੱਤ ਸੀ, ਬਿਨਾਂ ਸ਼ਰਤ ਹਮਾਇਤ ਦੇਤੀ, ਇੱਕ ਤਰਫਾ ਤੌਰ ਵਾਜਪੇਈ ਨੂੰ ਹਮਾਇਤ ਦੇਤੀ, ਉਹਦੇ ਨਾਲ ਤੋੜ ਲਈ। ਜਦੋਂ ਸਿਧਾਂਤਕ ਸੀ ਬਸਪਾ, ਜਦੋਂ ਟੋੜਾ ਸਾਹਿਬ ਕਹਿੰਦੇ ਸੀ ਜੇ ਬਸਪਾ ਨਾਲ ਸਾਡਾ ਅਲਾਇੰਸ ਰਹੂ ਤਾਂ ਖਾਲਸਾਈ ਸਿਧਾਂਤਾਂ 'ਤੇ ਚੱਲਣ ਲਈ ਸਾਡੇ 'ਤੇ ਇੱਕ ਦਬਾਅ ਬਣਿਆ ਰਹੂ, ਸਾਨੂੰ ਆਧਾਰ ਬਣਿਆ ਰਹੂ, ਇਹਨੇ ਬਿਨਾਂ ਸ਼ਰਤ ਉੱਧਰ ਛਾਲ ਮਾਰਤੀ। ਉੱਥੋਂ ਗੱਲ ਚੱਲੀ ਚੱਲੀ ਜਿਹੜੀ ਸਿਆਸਤ ਫਿਰ ਹੁਣ ਤੱਕ ਕੀਤੀ, ਮਤਲਬ ਤੁਸੀਂ ਗਣਾਇਆ ਤਾਂ ਆਪਾਂ ਜੋ ਮਰਜ਼ੀ ਲਈਏ,
ਖੇਤੀ ਬਿੱਲਾਂ ਦੀ ਗੱਲ ਕਰ ਲਓ, ਆਨੰਦਪੁਰ ਦੇ ਮਤੇ ਦੀ ਸਿਆਸਤ ਵੱਡੀ ਲੜਾਈ ਲੜੀ, ਪੰਜਾਬ ਨੇ ਵੱਡੇ ਕਸ਼ਟ ਝੱਲੇ। ਇਹਨਾਂ ਨੇ ਵਾਅਦਾ ਕੀਤਾ ਸੀ ਅਦਾਲਤੀ ਕਮਿਸ਼ਨ ਬਿਠਾਵਾਂਗੇ, ਉਹ ਤੋਂ ਮੁੱਕਰ ਗਏ। ਨਿਬੜਿਆ ਕਿੱਥੇ ਜੇ ਆਪਾਂ ਨਿਬੜੀਏ, ਸੌ ਹੱਥਰ ਅਸਾਂ ਸਿਰੇ 'ਤੇ ਗੰਢ, ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰਨ 'ਤੇ ਗੁੱਠਾ ਲਾਇਆ ਜਮੇ ਉਲਟ ਆਪਦੇ ਸਾਰੇ ਕਾਸੇ ਤੋਂ। ਸੋ ਉਹਦਾ ਸਿੱਟਾ ਅਸਲ 'ਚ ਇਹ। ਹੁਣ ਉੱਧਰ ਤਾਂ ਮੈਂ ਕਹਿੰਦਾ ਤੁਸੀਂ ਕਹੋ ਮਾਫ਼ੀ ਮੰਗ ਲਓ, ਮਾਫ਼ੀ ਕਾਹਦੀ, ਜਾਣੇ ਜਾਣ ਜਾਣੇ ਭੁੱਲਾਂ ਹੋਈਆਂ ਹੋਣਗੀਆਂ। ਇਹ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਪਾਠ ਕਰਦੇ ਆ ਨਾ ਜੀ, ਉਦੋਂ ਕਈ ਵਾਰ ਸ਼ਬਦ ਜੋੜ ਠੀਕ ਨਹੀਂ ਹੁੰਦਾ ਜਾਂ ਕਈ ਵਾਰ ਧਿਆਨ ਉੱਖੜ ਜਾਂਦਾ, ਉਦੋਂ ਉਹ ਕਹਿੰਦੇ ਨੇ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ, ਜੇ ਜਾਣੇ ਅਣਜਾਣੇ ਗਲਤੀ ਹੋਈ ਹੋਵੇ ਤਾਂ ਮਾਫ਼ ਕਰਨਾ। ਅਤੇ ਸੈਣੀ ਨੂੰ DGP ਅਣਜਾਣੇ ਜਾਣੇ ਅਣਜਾਣੇ ਲਾਇਆ, ਜਿੰਨੇ ਸ਼ਿਕਾਰੀ ਪੁਲਿਸ ਅਫਸਰ ਆ ਉਹਨਾਂ ਦੇ ਮੁਕੱਦਮੇ ਸਰਕਾਰੀ ਖਰਚੇ 'ਤੇ ਲੜਨਾ ਜਾਣੇ ਅਣਜਾਣੇ ਸੀ, ਮੋਦੀ ਨੂੰ ਬਿਨਾਂ ਸ਼ਰਤ ਹਮਾਇਤ ਜਾਣੇ ਅਣਜਾਣੇ ਸੀ, ਖੇਤੀ ਬਿੱਲਾਂ ਦੀ ਹਮਾਇਤ ਜਾਣੇ ਅਣਜਾਣੇ ਸੀ, ਜੰਮੂ ਕਸ਼ਮੀਰ ਵਾਲਾ ਫੈਸਲਾ ਜਾਣੇ ਅਣਜਾਣੇ ਸੀ, ਅਕਾਲ ਤਖ਼ਤ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦਾ ਪ੍ਰਧਾਨ ਜੇਬ 'ਚ ਪਾ ਲੈਣਾ, ਇਹ ਜਾਣੇ ਅਣਜਾਣੇ ਸੀ। ਅਤੇ ਤੁਸੀਂ ਤਾਂ ਕਹਿੰਦੇ ਸਭ ਤੋਂ ਵੱਡਾ ਮੈਨੇਜਰ ਆ ਸੁਖਬੀਰ, ਮੈਨੇਜਰ ਨਾਲ ਨਹੀਂ ਕੰਮ ਚੱਲਦਾ ਸਿਆਸਤ 'ਚ, ਸਿਆਸਤ 'ਚ 2 × 2 = 14 ਹੋ ਜਾਂਦੇ ਨੇ, 8 × 8 = 6 ਰਹਿ ਜਾਂਦੇ ਨੇ। ਮੈਂ ਇੱਥੇ ਤੁਹਾਨੂੰ ਇੱਕ ਮਿੰਟ ਰੋਕਣਾ ਚਾਹੁੰਦਾ ਹਾਂ, ਤੁਸੀਂ ਹੁਣ ਇੱਕ ਗੱਲ ਆਖੀ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ, ਪ੍ਰਧਾਨ ਨੂੰ ਆਪਣੀ ਜੇਬ 'ਚ ਪਾ ਲੈਣਾ ਇਹ ਜਾਣੇ ਅਣਜਾਣੇ ਦੀ ਗੱਲ ਨਹੀਂ ਸੀਗੀ, ਪਰ ਇੱਥੇ ਜਦੋਂ ਵੀ ਪ੍ਰਧਾਨ ਸਾਹਿਬ ਗੱਲ ਕਰਦੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਸਾਡੇ 'ਚੋਂ ਨਿਕਲੀ ਪਾਰਟੀ ਆ, ਅਸੀਂ ਕੋਈ ਉਹਦੇ ਅਧੀਨ ਨਹੀਂ ਆ, ਉਹ ਤਾਂ ਠੋਕ ਕੇ ਗੱਲ ਕਹਿੰਦੇ ਨੇ। ਨਹੀਂ, ਉਹ ਕਹਿੰਦੇ ਨਾ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਮਾਨਕ ਸੰਧਾਂ ਕਾਲੀਆਂ ਬਾਹਰੋਂ ਚਿੱਟਵੀਆਂ। ਅਤੇ ਤੁਸੀਂ ਦੇਖੋ ਆ ਕੀ ਹੋਇਆ, ਕੌਂਕੇ ਸਾਹਿਬ ਦੀ ਰਿਪੋਰਟ ਆ, ਸ਼ਾਇਦ ਆਪਾਂ ਪਹਿਲਾਂ ਵੀ ਗੱਲ ਕੀਤੀ ਹੋਵੇ, ਚਾਹੀਦਾ ਇਹ ਸੀ ਉਹ ਸਰਕਾਰ ਨੂੰ ਹਦਾਇਤ ਕਰਦੇ ਕਾਰਵਾਈ ਕਰ, ਇਹਨਾਂ ਨੂੰ ਬੁਲਾਉਂਦੇ ਵੀ ਤੁਸੀਂ ਕਿਉਂ ਨਾ ਕੀਤੀ, ਸਰਕਾਰ 'ਤੇ ਮਸਲਾ ਫੋਕਸ ਹੁੰਦਾ। ਇਹ ਕਹਿੰਦੇ ਵੀ ਇਹ ਵੀ ਸਤੋਂ ਭੁੱਲ ਹੋਈ ਆ, ਗਲਤੀ ਹੋਈ ਆ, ਜਾਣੇ ਅਣਜਾਣੇ ਜਿਹੜੀ ਕਹਿੰਦੇ ਹੁੰਦੇ ਆ, ਮਸਲਾ ਕਿਹੜੇ ਪਾਸੇ ਨੂੰ ਜਾਣਾ ਸੀ, ਇਹਨਾਂ ਨੇ ਕਿਹੜੇ ਪਾਸੇ ਨੂੰ ਤੋਰਤਾ। ਸੋ ਇਸ ਕਰਕੇ ਕਹਿਣ ਦੀਆਂ ਗੱਲਾਂ ਨੇ ਵੀ ਮਤਲਬ ਹੋਇਆ, ਮੈਂ ਕਹਿੰਦਾ ਠੀਕ ਆ, ਟੋੜਾ ਸਾਹਿਬ ਜਦੋਂ ਬਿਨਾਂ ਸ਼ਰਤ ਹਮਾਇਤ ਦਿੱਤੀ ਆ, ਉਦੋਂ ਬਾਅਦ ਆਨੰਦਪੁਰ ਦੇ ਮਤੇ ਦੀ ਇੱਕ ਮੰਗ ਸੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣਾ। ਟੋੜਾ ਸਾਹਿਬ ਨੇ ਜਸਟਿਸ ਹਰਵੰਤ ਸਿੰਘ ਨੂੰ ਪ੍ਰੇਰ ਕੇ ਉਹਨਾਂ 'ਤੇ ਇੱਕ ਖਰੜਾ ਤਿਆਰ ਕਰਵਾ ਲਿਆ, ਵਾਜਪਾਈ ਸਰਕਾਰ ਨੇ ਉਹਨੂੰ ਹਾਮੀ ਭਰਤੀ, ਉਹਨਾਂ ਨੇ ਵੀ ਸਾਨੂੰ ਮਨਜ਼ੂਰ ਆ ਸਿੱਖ ਸੰਸਥਾਵਾਂ ਨੂੰ ਵਿਚਾਰਨ ਲਈ ਭੇਜਤਾ। ਬਾਦਲ ਸਾਹਿਬ ਬੋਲਣੇ ਨਾ, ਟੋੜਾ ਸਾਹਿਬ ਕਹਿੰਦੇ ਮੈਂ ਦੇਖੀ ਜਾਵਾਂ ਕੋਈ ਗੱਲ ਕਰਨ। ਇੱਕ ਦਿਨ ਕਹਿੰਦੇ ਮੈਂ ਕਿਹਾ ਵੀ ਬਾਦਲ ਸਾਹਿਬ ਹੁਣ ਤਾਂ ਆਪਣੀ ਮੰਗ ਪ੍ਰਵਾਨ ਹੋ ਗਈ, ਕੇਂਦਰੀ ਬੋਰਡ ਬਣ ਜੂ, ਸਾਰੇ ਸੂਬਿਆਂ ਦੀ ਨੁਮਾਇੰਦਗੀ ਬਣ ਜੂ, ਸਾਰੀ ਸਿੱਖ ਸ਼ਕਤੀ ਇਕੱਠੀ ਹੋ ਜੂ, ਹੁਣ ਆਪਾਂ ਇਹਨੂੰ ਤੋਰੀਏ ਕਹਾਂ ਗੱਲ। ਕਹਿੰਦੇ ਥੋੜ੍ਹਾ ਚੁਰ ਚੁੱਪ ਕਹਿ ਕੇ ਰਹਿ ਕੇ, ਕਹਿੰਦੇ ਪ੍ਰਧਾਨ ਸਾਹਿਬ ਵਿੱਚੋਂ ਆਪਾਂ ਨੂੰ ਕੀ ਮਿਲੂ, ਆਪਾਂ ਨੂੰ ਕੀ ਮਿਲੂ ਜਿਹੜੀ ਇਹ ਕਹਿੰਦੇ ਅਕਾਲ ਤਖ਼ਤ ਸਾਡੇ ਕੋਲੇ, 3 ਤਖ਼ਤ ਹੈ ਜੀ, ਸ਼੍ਰੋਮਣੀ ਕਮੇਟੀ ਸਾਡੇ ਕੋਲੇ, ਸਰਦਾਰੀ ਮਿੰਨੀ ਪਾਰਲੀਮੈਂਟ ਕਾਨੂੰਨ ਰਾਹੀਂ ਬਣੀ ਹੋਈ ਆ, ਫਿਰ ਸਾਰਿਆਂ ਨੂੰ ਨੁਮਾਇੰਦਗੀ ਮਿਲਣੀ ਸੀ ਬਰਾਬਰ ਦੀ, ਤਾਕਤਾਂ ਦੇ ਜਥੇਦਾਰ ਸਾਰਿਆਂ ਦੇ ਅਧਿਕਾਰ 'ਚ ਆ ਜਾਣੇ ਸੀ। ਪਹਿਲਾਂ ਸੰਪਰਦਾਵਾਂ ਦੀ ਰਾਏ ਲੈ ਕੇ ਚੁਣਦੇ ਹੁੰਦੇ, ਹੁਣ ਤਾਂ ਜੇਬ 'ਚੋਂ ਨਿਕਲਦਾ ਠਾਣਾ, ਬਦਲ ਇੱਧਰ ਕਰ ਲਓ ਇੱਧਰ ਬਦਲ ਲਓ, ਫਿਰ ਰਹਿ ਗਈ ਦਿੱਲੀ ਕਮੇਟੀ ਕੋਲੇ, ਰਹਿ ਗਏ ਹਰਿਆਣਾ ਕੋਲੇ। ਇਹ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਹੋਈਆਂ ਨੇ ਨਾ, ਹੁਣ ਇਹ ਦੰਦਾਂ ਨਾਲ ਵੀ ਖੁੱਲ੍ਹਣੀਆਂ ਔਖੀਆਂ ਹੋਈਆਂ ਪਈਆਂ ਨੇ। ਝੂੰਦਾ ਕਮੇਟੀ ਕੀ ਬਣੀ ਜੀ ਮੈਨੂੰ ਇਹ ਦੱਸੋ, ਤੁਸੀਂ ਇੱਕ ਕਮੇਟੀ ਬਣਾਈ, ਉਹ ਲੀਕ ਹੋਈ, ਤੁਸੀਂ ਇਹਨਾਂ ਕੌਂਕੇ ਵਾਲੀ ਰਿਪੋਰਟ ਜਨਤਕ ਨਹੀਂ ਕੀਤੀ, ਅੱਜ ਇਹ ਉਹਨੂੰ ਰੱਦ ਕਰਦੇ ਆ, ਇਹ ਉਹਦੀ ਜਨਤਕ ਕਰਦੇ ਵੀ ਭਾਈ ਇਹ 'ਚ ਕੁਛ ਹੈ ਨਹੀਂ। ਬਾਦਲ ਸਾਹਿਬ ਤਾਂ ਖੁਦ ਗਵਾਹ ਕੌਂਕੇ ਦੇ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ, SSP ਨਾਲ ਗੱਲਾਂ ਹੋਈਆਂ ਹੋਈਆਂ। ਸੋ ਇਸ ਕਰਕੇ ਇਹ ਲਾਈਨ ਬਦਲਣ ਵਾਲੇ ਪਾਸੇ ਰਾਹ ਪੈਣ, ਫਿਰ ਇਹਨਾਂ ਦੇ ਕਿਤੇ ਜੜ੍ਹਾਂ ਲੱਗ ਸਕਦੀਆਂ। ਇਹ ਸੰਕਟ ਕਾਂਗਰਸ ਦੇ ਵਿੱਚ ਵੀ ਆ, ਇਹ ਬਸਪਾ 'ਚ ਵੀ ਆ,
ਹਾਂ ਭਾਜਪਾ ਨੇ ਆਪਣੀ ਇੱਕ ਸੇਧ ਸਪਸ਼ਟ ਤੈਅ ਕਰ ਲਈ ਹਿੰਦੂ ਰਾਸ਼ਟਰ ਵਾਲੀ, ਅਤੇ ਉਹ ਠੀਕ ਆ, ਠੀਕ ਆ, ਗਲਤ ਅੱਡ ਗੱਲ ਆ, ਪਰ ਉਹ ਟਿੱਕ ਟਿੱਕੇ 'ਤੇ ਕਰੀ ਜਾਂਦੇ ਨੇ। ਇਹਨਾਂ ਦਾ ਤਾਂ ਕਿਸੇ ਨੇ ਚੁਟਕਲਾ ਲਿਖਿਆ, ਕਹਿੰਦਾ ਅਕਾਲੀ ਇੱਕ ਪਾਸੇ ਰਫੂ ਕਰਦੇ ਨੇ, ਦੂਜੇ ਪਾਸੇ ਭਰਿਆੜ ਹੋ ਜਾਂਦਾ, ਹਾਲਤ ਇਹ ਆ। ਅੱਛਾ ਤੁਸੀਂ ਇੱਕ ਗੱਲ ਆਖੀ ਕਿ ਇਹਨਾਂ ਨੂੰ ਲਾਈਨ ਬਦਲਣ ਦੀ ਲੋੜ ਹੈ, ਚਰਚਾਵਾਂ ਜਦੋਂ ਚੱਲੀਆਂ ਸੀ ਉਦੋਂ ਆ ਕਿਹਾ ਜਾਂਦਾ ਸੀ ਕਿ ਨਹੀਂ ਸੁਖਬੀਰ ਸਿੰਘ ਬਾਦਲ ਕੁਰਸੀ ਤੋਂ ਲੈ ਦੇਣ, ਨਾਲੋ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਤਾਂ ਚੜ੍ਹਨ ਲੱਗ ਜੂਗਾ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਹੋ ਸਕਦਾ ਭਲਾ? ਨਹੀਂ ਦੇਖੋ, ਲਾਈਨ ਤੇ ਲੀਡਰਸ਼ਿਪ ਦਾ ਨਾ ਸਜਿੰਦਰ ਰਿਸ਼ਤਾ ਹੁੰਦਾ। ਜੇ ਅਕਾਲੀ ਦਲ ਦੀ ਲਾਈਨ ਬਦਲੀ ਆ ਤਾਂ ਇਹੀ ਜੀ ਲੀਡਰਸ਼ਿਪ ਆਈ ਆ, ਪਹਿਲਾਂ ਨਾ ਆ ਗਈ। ਇਹ ਲੀਡਰਸ਼ਿਪ ਤਾਂ ਟਿੱਚਰਾਂ ਕਰਦੀ ਹੁੰਦੀ ਆ, ਰਹੀ ਆ, ਮੈਂ ਨਾਲ ਇਹਨਾਂ ਦੇ ਰਿਹਾ। ਕਹਿੰਦੇ ਲੈ ਅਕਾਲੀ ਦਲ 'ਚ ਇਹ ਵੀ ਯੋਗਤਾ ਗਿਣੀ ਜਾਂਦੀ ਸੀ ਵੀ ਕਿਹੜਾ ਕਿੰਨਾ ਚਿਰ ਜੇਲ੍ਹ ਰਹਿ ਕੇ ਆਇਆ। ਕਹਿੰਦੇ ਤੇਰਾ ਸੇਵਾ ਦਾ ਸਰਮਾਇਆ ਕੀ ਆ, ਆ ਹੁਣ ਨਾਇਕੀ ਬੂਟਾਂ ਵਾਲੇ ਕਾਕੇ ਜਾਂ ਹੋ ਰਹੇ ਕਿਵੇਂ ਹੋ ਗਏ ਭਾਰੂ? ਨਿੱਜ ਪ੍ਰਸਤ, ਪਰਿਵਾਰ ਪ੍ਰਸਤ, ਮਾਇਆ ਦੀ ਹਾਬੜ। ਫਿਰ ਬਾਬਾ ਨਾਨਕ ਕਹਿੰਦੇ ਨੇ ਨਾ, ਅਸੀਂ ਕਾਨੂੰਨ ਅਨੁਸਾਰ ਆ, ਜਾਂਚ ਕਰਾ ਲਓ, ਕਾਨੂੰਨ ਤਾਂ ਤੁਹਾਡਾ ਬਣਾਇਆ ਹੋਇਆ। ਗੁਰੂ ਨਾਨਕ ਦਾ ਕਾਨੂੰਨ ਕੀ ਕਹਿੰਦਾ, ਮਲਕ ਭਾਗੋ ਤੇ ਭਾਈ ਲਾਲੋ ਦਾ ਕਾਨੂੰਨ ਕੀ ਕਹਿੰਦਾ? ਉਹ ਤਾਂ ਕਹਿੰਦੇ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਮਾਇਆ ਧਾਰੀ ਇੰਨਾ ਬੋਲਾ, ਰਾਜੇਸ਼ੀ ਮੁਕੱਦਮ ਕੁੱਤੇ। ਲੈ ਇਹ ਆਪਣੀਆਂ ਸਟੇਜਾਂ ਤੇ ਇਹਦਾ ਪਾਠ ਕਰਨ ਲੱਗ ਜਾਣ। ਅੱਜ ਕੋਈ ਬੋਲ ਜੇ ਮਲਕ ਭਾਗੋ ਭਾਈ ਲਾਲੋ ਦੀ ਗੱਲ ਕਰ ਲੇ, ਜਿਵੇਂ ਹੁਣ ਕਾਂਗਰਸ ਵਾਲੇ ਕਹਿੰਦੇ ਨੇ ਨਾ, ਇਹ ਸਿੱਧੂ ਸਾਡੇ ਤੇ ਨਿਸ਼ਾਨਾ ਲਾਉਂਦਾ, ਚੋਰ ਦੀ ਦਾੜੀ 'ਚ ਜਿਵੇਂ ਤਿਣਕਾ ਹੁੰਦਾ। ਇਹਨਾਂ ਨੂੰ ਇਹਨਾਂ ਦੀ ਸਟੇਜ 'ਤੇ ਲੈ, ਮੈਂ ਗੁਰਬਾਣੀ ਦੇ ਅਨੁਸਾਰ ਵਿਆਖਿਆ ਕਰਦਾ, ਇਹ ਕਹਿਣਗੇ ਤਾਂ ਅਕਾਲੀ ਦਲ ਦੀ ਨਿੰਦਿਆ ਕਰਦਾ, ਆਹ ਹਾਲਤ ਖੜ ਗਈ। ਇਹਨੂੰ ਵਿਚਾਰਨ ਦੀ ਲੋੜ ਆ, ਪੰਥ ਵੱਲ, ਪੰਜਾਬ ਵੱਲ ਮੂੰਹ ਮੋੜਨ ਦੀ ਲੋੜ ਆ, ਮੁਲਕ ਵੱਲ ਵੀ। ਜੇ ਤੁਸੀਂ ਇੱਕ ਰਾਸ਼ਟਰ ਇੱਕ ਚੋਣ ਦੀ ਗੱਲ ਕਰਦੇ ਹੋ, ਇੱਕ ਕੌਮ ਇੱਕ ਚੋਣ ਦੀ ਗੱਲ ਕਰਦੇ ਹੋ, ਤੇ ਫਿਰ ਜਾਓਗੇ ਕਿੱਥੇ ਜੀ? ਤੁਹਾਡੀ ਵੱਖਰੀ ਹੋਣ ਦਾ ਜਾਂ ਨਿਰਾਲੀ ਹੋਣ ਦਾ ਰਹਿ ਕੀ ਗਿਆ? ਸੋ ਇਹ ਗੱਲਾਂ ਗੰਭੀਰ ਸੋਚਣ ਵਿਚਾਰਨ ਵਾਲੀਆਂ। ਅੱਛਾ ਇੱਕ ਚੀਜ਼ ਹੋਰ ਮੈਂ ਪੁੱਛਣੀ ਚਾਹੁੰਦਾ, ਜਦੋਂ ਸੁਖਬੀਰ ਬਾਦਲ ਮਾਫ਼ੀ ਮੰਗਦੇ ਨੇ, ਆਪਣਾ ਮਾਫ਼ੀਨਾਮਾ ਦਿੰਦੇ ਨੇ, ਉਸ ਤੋਂ ਬਾਅਦ ਜਿਹੜੇ ਸੀਨੀਅਰ ਲੀਡਰ ਅਕਾਲੀ ਦਲ ਛੱਡ ਕੇ ਗਏ ਸੀ ਜਾਂ ਜਿਹਨਾਂ ਨੂੰ ਕੱਢਿਆ ਗਿਆ ਸੀ, ਖਾਸ ਕਰਕੇ ਬੀਬੀ ਜਗੀਰ ਕੌਰ ਜਾਂ ਸੁਖਦੇਵ ਸਿੰਘ ਢੀਂਡਸਾ, ਉਹ ਗਏ ਸੀਗੇ ਕਿ ਨਹੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਅਲੈਦਾ ਕਰਤਾ, ਅਸੀਂ ਨਹੀਂ ਜਾਣਾ, ਉਸੇ ਵੇਲੇ ਉਹ ਗੱਲ ਦੂਜੇ ਪਾਸੇ ਪਰਤ ਗਈ, ਇੱਕ ਪਾਸੇ ਮਾਫ਼ੀਨਾਮਾ ਹੋਇਆ, ਨਾਲੋ ਨਾਲ ਹੁਣ ਵਿਚਾਰਿਆ ਜਾ ਰਿਹਾ, ਹੁਣ ਨਾਲ ਮੀਟਿੰਗਾਂ ਵੀ ਹੋ ਰਹੀਆਂ ਨੇ। ਨਹੀਂ ਹੁਣ ਤੁਸੀਂ ਇਹ ਦੇਖੋ, ਮਾਫ਼ੀ ਕਾਹਦੀ ਹੈ ਜੀ? ਮੈਨੂੰ ਤਾਂ ਹਾਲੇ ਤੱਕ ਨਹੀਂ ਸਮਝ ਆਈ। ਇਹਨੇ ਮਾਫ਼ੀ ਮੰਗੀ ਸੀ ਕਿ ਤੁਸੀਂ ਸਾਨੂੰ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ, ਸਾਡੇ 'ਤੇ ਦਬਾਅ ਪਾ ਕੇ ਜਾਂਚ CBI ਵੱਲ ਤੋਰਤੀ, ਕੋਰਾ ਝੂਠ ਆ। ਖੱਟੜੇ ਦੀ ਅਗਵਾਈ 'ਚ ਟੀਮ ਬਣੀ, ਉਹਨੇ ਜਾਂਚ ਕੀਤੀ, ਜਾਂਚ ਕਰਕੇ ਉਹ ਕਹਿੰਦੇ ਦੋਸ਼ੀ ਲੱਭ ਲਏ। ਦੋ ਅੰਮ੍ਰਿਤ ਧਾਰੀ ਭਰਾ, ਪੰਜ ਗਰਾਈ ਵਾਲੇ ਰੁਪਿੰਦਰ ਹੋਰੀ, ਉਹਨਾਂ ਨੂੰ ਦੋਸ਼ੀ ਕਰਦਾਨ ਤਾ, ਆਸਟ੍ਰੇਲੀਆ ਨਾਲ ਲਿੰਕ ਜੋੜਤਾ, ਪੁਲਿਸ ਹੈੱਡਕੁਆਟਰ 'ਤੇ ਪ੍ਰੈਸ ਕਾਨਫਰੰਸ ਕੀਤੀ ਸੁਖਬੀਰ ਨੇ ਪੁਲਿਸ ਅਫਸਰਾਂ ਦੇ ਨਾਲ, ਸੱਚੇ ਪਾਤਸ਼ਾਹ ਦਾ ਧੰਨਵਾਦ ਕੀਤਾ, ਮਸਲਾ ਹੱਲ ਕਰ ਲਿਆ, ਐਲਾਨ ਕੀਤਾ ਮੈਂ ਗੁਰਦੁਆਰਾ ਨਾਢਾ ਸਾਹਿਬ ਚੱਲਿਆ ਗੁਰੂ ਦਾ ਸ਼ੁਕਰਾਨਾ ਕਰਨ। ਤੁਹਾਡੇ ਆਹ ਲੱਛਣਾਂ ਤੋਂ ਬਾਅਦ ਜਦੋਂ ਤੁਸੀਂ ਸਰਸਿਆ ਨੂੰ ਟੋਟਲ ਬਰੀ ਕਰਤਾ, ਸਿੱਖ ਮੁੰਡਿਆਂ 'ਤੇ ਪਾਤਾ ਸਾਰਾ ਕੁਛ, ਤਾਂ ਤੁਹਾਡੇ 'ਤੇ ਵਿਸ਼ਵਾਸ ਉੱਠਿਆ ਸੀ? ਮਤਲਬ ਤੁਸੀਂ ਕਿੰਨਾ ਕਿ ਵਿਹਾਰ 'ਚ ਤਰਾਈਆਂ ਕਰਦੇ ਹੋ ਜੀ, ਲੋਕ ਇੰਨੇ ਬੇਵਕੂਫ ਥੋੜ੍ਹਾ ਵੀ ਉਹਨਾਂ ਨੂੰ ਸਮਝ ਨਹੀਂ ਆਊ। ਫਿਰ ਜਦੋਂ ਤੁਸੀਂ ਇੱਕ ਗੱਲ ਕਰਦੇ ਹੋ ਦੂਜੀ ਉਧੜ ਜਾਂਦੀ ਆ। ਮੈਂ ਆਪਣੀ ਨਹੀਂ ਗੱਲ ਹੋਈ, ਇਹ ਜਿਹੜੀ ਭਾਈ ਕੌਂਕੇ ਦੀ ਰਿਪੋਰਟ ਜਾਮ ਕਰਕੇ ਰੱਖੀ, ਉਹ ਇਸ ਕਰਕੇ ਰੱਖੀ ਵੀ ਉਹ ਸਾਰਾ ਕੁਛ ਉਧੜਦਾ ਸੀ, ਜਿਹੜਾ ਵਾਅਦਾ ਕੀਤਾ ਸੀ ਜ਼ੁਲਮਾਂ ਦੀ ਜਾਂਚ ਕਰਾਵਾਂਗੇ, ਦੋਸ਼ੀਆਂ ਨੂੰ ਕਟਹਿਰੇ 'ਚ ਖੜੇ ਕਰਾਂਗੇ, ਉਹ ਉਧੜਦਾ ਸੀ। ਹੁਣ ਤੁਸੀਂ ਇਹ ਦੇਖੋ, ਕਿਸੇ ਕਾਨੂੰਨਦਾਨ ਤੋਂ ਪੁੱਛ ਲਓ, ਮੁਕੰਮਲ ਰਿਪੋਰਟ ਨਹੀਂ ਇਹ, ਉਹਨੇ ਨੇ ਕਦੋਂ ਕਿਹਾ ਮੁਕੰਮਲ ਆ? ਉਹ ਕਹਿ ਮੁੱਢਲੀ ਜਾਂਚ ਆ, ਮੁਕੰਮਲ ਕਰਨ ਲਈ ਆ ਰਾਹ ਪਾਓ, ਨਹੀਂ ਪਾਈ ਤੁਸੀਂ। ਸੋ ਇਸ ਕਰਕੇ ਇਸ ਤਰ੍ਹਾਂ ਨਾ ਜੀ, ਇਸ ਤਰ੍ਹਾਂ ਕੰਮ ਨਹੀਂ ਚੱਲਣਾ ਇਹਨਾਂ ਦਾ।
ਪੈਰ ਨਹੀਂ ਲੱਗਣੇ, ਭੁਲੇਖੇ ਚ ਨੇ। ਪਰ ਇਹ ਜਿਹੜੀ ਹੁਣ ਚਲੋ ਮਾਫ਼ੀ ਹੀ ਕਹਿ ਲਓ, ਜੇ ਜਿਹਨੂੰ ਮਾਫ਼ੀ ਹੀ ਕਹੀਏ, ਅਤੇ ਉਹ ਹਵਾ 'ਚ ਹੀ ਹੈ, ਫਿਰ ਉਹ ਹਵਾ 'ਚ ਹੀ ਇੱਕ ਗੱਲ ਕਹਿ ਦਿੱਤੀ ਅਤੇ ਮੁੜ ਕੇ ਉਹ ਠੀਕ ਹੈ, ਇੱਕ ਖਲਾਅ ਜਿਹਾ ਪੈਦਾ ਕਰਤਾ ਲੋਕਾਂ ਦੇ ਵਿੱਚ ਕਿ ਹਾਂ ਭਾਈ ਹੁਣ ਤਾਂ ਹੋ ਗਿਆ ਹੋ ਗਿਆ। ਇੱਕ ਵਾਰ ਨਾ ਲੋਕਾਂ ਨੂੰ ਜਿਵੇਂ ਬਹਾਨਾ ਜਿਹਾ ਮਿਲ ਜਾਂਦਾ ਹੇਠਲੇ ਵਰਕਰਾਂ ਨੂੰ ਥੋੜ੍ਹਾ ਜਿਹਾ, ਵੀ ਯਾਰ ਹੁਣ ਮਾਫ਼ੀ ਤਾਂ ਮੰਗ ਲਈ, ਹੁਣ ਇਕੱਲੀ ਇਕੱਲੀ ਗੱਲ ਦੀ ਕਿਹਦੀ ਮੰਨ ਲਈ ਹੈ, ਜਦੋਂ ਸਮੂਹਕ ਤੌਰ 'ਤੇ ਮੰਨ ਲਈ, ਮਾੜੀ ਜਿਹੀ ਗੱਲ ਚੱਲੀ ਸੀ। ਪਰ ਉਦੋਂ ਬਾਅਦ ਨਾਲ ਦੀ ਨਾਲ ਢੀਂਡਸਾ ਸਾਹਿਬ ਨੇ ਵੀ ਕਿਹਾ ਸੀ ਅਸੀਂ ਸੋਚ ਰਹੇ ਹਾਂ, ਪਰ ਉਹ ਜਦੋਂ ਗਾਹਾਂ ਵਾਲੇ ਫੈਕਟ ਆਏ, ਜੋ ਕੌਂਕੋਏ ਸਾਹਿਬ ਦੀ ਰਿਪੋਰਟ ਆ ਗਈ, ਉਹਨੇ ਤਾਂ ਮੰਜੀ ਉਹ ਠੋਕਤੀ ਨਾ ਜੀ ਇਹਨਾਂ ਦੇ ਸਾਰੇ ਕਹੇ ਦੇ। ਸੋ ਇਸ ਕਰਕੇ ਰੁਕ ਗਿਆ ਉੱਥੇ ਸਾਰਾ ਕੰਮ। ਬਸਪਾ ਵਾਲੇ ਦੀ ਮੈਂ ਕੱਲ੍ਹ ਇੰਟਰਵਿਊ ਸੁਣੀ ਆ ਗੜੀ ਦੀ, ਉਹ ਕਹਿੰਦੇ ਜੀ ਕਿਹੜਾ ਅਲਾਇੰਸ, ਸਾਡੀ ਤਾਂ ਮੀਟਿੰਗ ਨਹੀਂ ਹੋਈ 4 ਮਹੀਨੇ ਹੋ ਗਏ, ਜਦੋਂ ਕੋਈ ਸੀਟਾਂ ਦੀ ਵੰਡ ਦੀ ਗੱਲ ਨਹੀਂ, ਸਾਡੇ ਨਾਲ ਤਾਂ ਚੱਲ ਨਹੀਂ ਰਹੀ, ਕਿਸੇ ਹੋਰ ਪਾਸੇ ਚੱਲ ਰਹੀ। ਉਹ ਕਹਿੰਦੇ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ, ਇਹ ਤਾਂ ਭਾਜਪਾ ਨਾਲ ਮੁੜ ਕੇ ਯਾਰੀ ਪਾਉਣ ਨੂੰ ਫਿਰਦੇ ਨੇ। ਪੈ ਜੂਗੀ ਤੁਹਾਨੂੰ ਲੱਗਦਾ ਹੋ ਗਿਆ? ਨਹੀਂ ਦੇਖੋ ਯਾਰ, ਐਤਵਾਰ ਤਾਂ ਕੋਈ ਨਹੀਂ, ਪਰ ਤਬਾਹੀ ਹੋ ਇਹਨਾਂ ਦੀ। ਮਤਲਬ ਜਿਵੇਂ ਬੰਦੀ ਸਿੰਘ ਵਾਲਾ ਇਹਨਾਂ ਨੇ ਸਿਰੇ ਦਾ ਮਸਲਾ ਬਣਾ ਲਿਆ ਸੀ, ਐਂ ਸੀ ਇਹਦੇ ਬਹਾਨੇ ਛਾਲ ਮਾਰ ਜਾਣਗੇ। ਮਹੇਸ਼ਿੰਦਰ ਗਰੇਵਾਲ ਨੇ ਵੀ ਕਿਹਾ ਇੱਕ ਇੰਟਰਵਿਊ 'ਚ ਵੀ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਾਅਦ ਅਸੀਂ ਇਹਦੇ ਬਾਰੇ ਸੋਚਾਂਗੇ। ਉਹਨਾਂ ਨੇ ਪੁੱਠਾ ਪੈਂਤੜਾ ਲੈ ਲਿਆ, ਅੜ ਗਏ। ਜਦੋਂ ਲੋਕ ਸਭਾ 'ਚ ਨੋਟੀਫਿਕੇਸ਼ਨ ਪੇਸ਼ ਕਰਤਾ ਸੀ, ਜਦੋਂ ਲੋਕ ਸਭਾ 'ਚ ਉਦੋਂ ਅਮਿਤ ਸ਼ਾਹ ਮੁਕਰਿਆ ਵੀ ਅਸੀਂ ਕੋਈ ਸਜ਼ਾ ਨਹੀਂ ਘਟਾ ਰਹੇ ਕਿਸੇ, ਉਦੋਂ ਕਿਉਂ ਨਾ ਬੋਲੇ? ਹੁਣ ਤੁਸੀਂ ਮਸਲਾ ਉਠਾਇਆ, ਉਹਨੇ ਤੁਹਾਨੂੰ ਪਤਾ ਹੀ ਆ ਬੀਬੀ ਬਾਬਲ ਨੂੰ ਕਿਵੇਂ ਸਨੱਬ ਕੀਤਾ, ਕਹਿੰਦਾ ਜੇ ਮੈਂ ਉੱਥੇ ਹੁੰਦਾ ਮੌਕੇ 'ਤੇ ਮੈਂ ਇਹ ਨਹੀਂ ਬੋਲਣ ਦੇਣਾ ਸੀ, ਜੇ ਬੋਲ ਦਿੰਦੇ ਮੈਂ ਕਾਰਵਾਈ 'ਚ ਨਹੀਂ ਪੈਣ ਦੇਣਾ ਸੀ, ਅੱਤਵਾਦੀਆਂ ਦੀ ਤੁਸੀਂ ਮਾਫ਼ੀ ਫਲਾਨਾ। ਹਾਲਾਂਕਿ ਉਹ ਗਲਤ ਬੋਲਿਆ, ਜਿਹੜੇ ਨਵੇਂ ਕਾਨੂੰਨ ਬਣਾਇਆ ਉਹ ਪੁਰਾਣਿਆਂ 'ਤੇ ਲਾਗੂ ਨਹੀਂ ਹੁੰਦੇ ਹੁੰਦੇ। ਸੋ ਇਸ ਕਰਕੇ ਇਹੋ ਜਿਹੀ ਹਾਲਤ ਆ। ਉਹ ਕਹਿੰਦੇ ਹੁੰਦੇ ਆ ਨਾ ਵੀ ਉਹ ਫਿਰ ਨੱਥ ਕਢਾਉਣ ਨੂੰ, ਉਹ ਫਿਰ ਨੱਕ ਵਢਾਉਣ ਨੂੰ, ਰਿਸ਼ਤਾ ਤਾਂ ਇਹੋ ਜਿਹਾ ਬਣਿਆ ਹੋਇਆ। ਪਰ ਉਹ ਇੱਕ ਪੰਜਾਬੀ ਦੀ ਕਹਾਵਤ ਇਹ ਵੀ ਆ, ਮਰਦੀ ਨੇ ਅੱਕ ਚੱਬਿਆ ਹਾਰ ਕੇ ਜੇਠ ਨਾਲ ਲਾਈਆਂ। ਤੇ ਜੇ ਆਪਾਂ ਇਸ ਪਾਠ ਦਾ ਅੰਤ ਕਰੀਏ, ਤੇ ਉਹਦੇ ਵਿੱਚ ਆਪਾਂ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਮੌਜੂਦਾ ਸਥਿਤੀ ਨੂੰ ਦੇਖੀਏ ਤੇ 2024 ਨੂੰ ਦੇਖੀਏ, ਤੁਹਾਨੂੰ ਕੀ ਲੱਗਦਾ ਪਿਆ ਕਿ ਕਿਤੇ ਨਾ ਕਿਤੇ ਮਾੜਾ ਮੋਟਾ ਫਰਕ ਪਊਗਾ ਕਿ ਨਹੀਂ? ਨਹੀਂ, ਜੇ ਤਾਂ ਇਹ ਲਾਈਨ ਬਦਲ ਕੇ ਪੰਥਕ ਪੈਂਤੜੇ 'ਤੇ ਆ ਗਏ, ਮਾਫ਼ੀ ਮੰਗਣੀ ਜ਼ਰੂਰੀ ਨਹੀਂ ਹੁੰਦੀ। ਮੰਨ ਲਓ ਕੋਈ, ਮੈਂ ਅੱਜ ਇੱਕ ਗੱਲ ਕਹਿਣਾ, ਕੱਲ੍ਹ ਨੂੰ ਮੈਂ ਉਹਦੇ ਵਿਰੋਧ 'ਚ ਕਹਿਣਾ, ਮੈਂ ਕਹਿਣਾ ਵੀ ਇਹ ਗੱਲ ਉਦੋਂ ਪੂਰੀ ਤਰ੍ਹਾਂ ਸਮਝ ਨਹੀਂ ਆਈ ਸੀ, ਅਸਲ ਗੱਲ ਇਹ ਆਹ ਕਰਨਾ ਚਾਹੀਦਾ, ਇਹਦੇ ਨਾਲ ਵੀ ਲੋਕਾਂ ਦਾ ਭਰੋਸਾ ਕਾਇਮ ਹੋ ਜਾਂਦਾ। ਮੈਨੂੰ ਇਹ ਲੱਗਦਾ, ਜੇ ਮੇਰੀ ਰਾਏ ਆ, ਵੀ ਇਹਨੂੰ ਇਕੱਲਿਆਂ ਨੂੰ ਲੜਨੀ ਚਾਹੀਦੀ ਹੈ। ਇਕੱਲਿਆਂ ਨੂੰ ਕਿਸ ਤਰ੍ਹਾਂ? ਮਤਲਬ ਇਕੱਲਿਆਂ ਨੂੰ ਲੜਨੀ ਚਾਹੀਦੀ ਹੈ ਲੋਕ ਸਭਾ ਦੀ ਚੋਣ। ਅੱਛਾ, ਮਤਲਬ ਕਿਸੇ ਨਾਲ ਅਲਾਇੰਸ ਨਾ ਹੋਵੇ? ਨਾਲ ਅਲਾਇੰਸ ਨਹੀਂ ਕਰਨਾ, ਬਸਪਾ ਨਾਲ ਕਰ ਲੈ, ਬਸਪਾ ਨਾਲ ਕਰ ਲੈਣ, ਠੀਕ ਆ, ਉਹ ਅਲਾਇੰਸ ਆ। ਭਾਜਪਾ ਨਾਲ ਅਲਾਇੰਸ ਨਹੀਂ ਕਰਨਾ ਚਾਹੀਦਾ। ਨਹੀਂ, ਬਹੁਤ ਤੁਸੀਂ ਦੇਖੋ ਤਾਂ ਸਹੀ ਜੀ, ਪੰਜਾਬ ਦਾ ਤਾਂ ਹੁਣ ਤੱਕ ਦਾ ਇਤਿਹਾਸ ਕੀ ਰਿਹਾ, ਐਮਰਜੈਂਸੀ ਖਿਲਾਫ ਲੜਨ ਦਾ, ਸਾਰਾ ਮੁਲਕ ਖਿਹੜਾ ਛਡਾਉਣ ਨੂੰ ਫਿਰਦਾ, ਸਾਰੀਆਂ ਪਾਰਟੀਆਂ ਉਸ ਤਰ੍ਹਾਂ ਇਕੱਠੀਆਂ ਹੋਣ ਨੂੰ ਫਿਰਦੀਆਂ ਜਿਵੇਂ ਇੰਦਰਾ ਗਾਂਧੀ ਦੇ ਖਿਲਾਫ ਇਕੱਠੀਆਂ ਹੋਈਆਂ ਸੀ 77 'ਚ। ਇਹ ਆਪਦਾ ਇਹ ਉਹਨਾਂ ਦੇ ਨਾਲ ਗੱਡੀ ਚੜ੍ਹਨ ਨੂੰ ਫਿਰਦੇ ਆ, ਫਿਰ ਕੀ ਨਤੀਜਾ ਨਿਕਲੂ ਤੁਸੀਂ ਆਪੇ ਦੇਖ ਲਓ। ਅੱਛਾ, ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਿਫਟ ਕਰਦੇ ਹਾਂ ਕਾਂਗਰਸ ਵੱਲ। ਹਾਲ ਹੀ ਦੇ ਵਿੱਚ ਜੋ ਗੱਲਾਂ ਚੱਲਦੀਆਂ ਪਈਆਂ, ਇਹ ਕੋਈ ਨਵੀਆਂ ਨਹੀਂ, ਇਹ ਪਹਿਲਾਂ ਵੀ ਇੱਦਾਂ ਦੀਆਂ ਗੱਲਾਂ ਚੱਲੀਆਂ ਨੇ। ਨਵਜੋਤ ਸਿੰਘ ਸਿੱਧੂ ਟਾਰਗੇਟ ਬਣੇ ਹੋਏ ਨੇ, ਅਤੇ ਦੂਜੇ ਪਾਸੇ ਉਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਅਤੇ ਨਾਲ ਉਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਨੇ। ਉਹਨਾਂ ਨੇ ਰੌਲਾ ਪਾਤਾ, ਨਵਜੋਤ ਸਿੰਘ ਸਿੱਧੂ ਵੱਖਰੇ ਖਾੜੇ ਲਾਉਂਦੇ ਨੇ, ਤੁਸੀਂ ਸਾਰਾ ਦੇਖਿਆ। ਹੁਣ ਕੀ ਦੇਖ ਰਹੇ ਹੋ ਤੁਸੀਂ ਕਾਂਗਰਸ ਦੀ ਸਥਿਤੀ ਨੂੰ? ਇੱਕ ਪਾਸੇ ਗੱਠਜੋੜ ਖੜਾ INDIA ਵਾਲਾ, ਉਹਦੇ ਉਹਨੂੰ ਲੈ ਕੇ ਪੰਜਾਬ ਨੂੰ ਲੈ ਕੇ ਰੌਲਾ ਪਿਆ ਦਾ, ਇੱਕ ਪਾਸੇ ਇਹਨਾਂ ਦਾ ਆਪਸੀ ਰੌਲਾ ਪਿਆ ਦਾ, ਕਾਂਗਰਸ ਕਿੱਥੇ ਖੜੀ ਹੈ? ਇੱਕ ਇੱਕ ਮੈਂ ਪਹਿਲੀ ਗੱਲ ਪੂਰੀ ਕਰਦਾ ਪਿਛਲੇ ਪਾਰਟ ਦੀ। ਜੇ ਸੁਖਬੀਰ ਅਕਾਲੀ ਏਕਤਾ ਪ੍ਰਤੀ ਭੋਰਾ ਭਰ ਵੀ ਸ਼ੋਹਰਤ ਹੁੰਦਾ, ਉਹਨੂੰ ਇੱਕ ਤਰਫਾ ਐਲਾਨ ਕਰਨਾ ਚਾਹੀਦਾ ਸੀ ਵੀ ਜਿੰਨੇ ਅਸੀਂ ਅਕਾਲੀ ਦਲ ਚੋਂ ਕੱਢੇ ਐਕਸ਼ਨ ਲਿਆ, ਅਸੀਂ ਸਾਰੇ ਉਹ ਵਾਪਸ ਲੈਂਦੇ ਹਾਂ, ਰਾਹ ਤਾਂ ਖੁੱਲ੍ਹਾ ਸੀ। ਐਂ ਕਹਿਣਾ ਵੀ ਮੇਰੇ ਝੰਡੇ ਹੇਠਾਂ ਆਓ, ਮੇਰੀ ਲੱਤ ਹੇਠਾਂ ਦੀ ਲੰਘ ਕੇ, ਇਹ ਕੋਈ ਏਕਤਾ ਵਾਲਾ ਮਸਲਾ ਨਹੀਂ। ਨੰਬਰ ਇੱਕ, ਜਿਹੜੀ ਤੁਸੀਂ ਕਾਂਗਰਸ ਦੀ ਗੱਲ ਕਰਦੇ ਹੋ ਨਾ, ਉਹ ਕਹਿੰਦੇ ਵੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ। ਹਾਲ ਉੱਧਰ ਵੀ ਇਹੀ ਆ, ਉਹ ਵੀ ਬਦਲ ਨੂੰ ਤਿਆਰ ਨਹੀਂ।
ਮਤਲਬ ਨਵਜੋਤ ਸਿੰਘ ਸਿੱਧੂ ਦਾ ਏਜੰਡਾ ਇਹੀ ਆ ਜਿਹੜਾ ਉਹਨੇ ਸਪਸ਼ਟ ਕੀਤਾ ਹੁਸ਼ਿਆਰਪੁਰ, ਕਾਂਗਰਸ ਨੂੰ ਬਦਲਣਾ ਪੈਣਾ, ਕਾਂਗਰਸ ਨੂੰ ਆਪਣੀਆਂ ਨੀਤੀਆਂ ਪਾਲਸੀਆਂ ਸਮਝਾਂ ਇਹ ਬਦਲਣੀਆਂ ਪੈਣਗੀਆਂ, ਕਿਉਂਕਿ ਹੁਣ ਤੱਕ ਕਾਂਗਰਸ ਦੀ ਨੀਤੀ, ਅਕਾਲੀ ਦਲ ਦੀ ਨੀਤੀ, ਭਗਵੰਤ ਮਾਨ ਦੀ ਨੀਤੀ 'ਚ ਦੱਸੋ ਜੀ ਮੈਨੂੰ ਕਿਹੜਾ ਫਰਕ ਆ? ਕੋਈ ਕੋਈ ਬੰਦਾ ਦੱਸ ਦੇ 300 ਯੂਨਿਟ ਬਿਜਲੀ ਫਰੀ ਦੇਣ ਤੋਂ ਬਿਨਾਂ? ਬਾਕੀ ਤਾਂ ਇਹੀ ਸੀ ਨਾ ਜਿਹੜੇ 75-25-80-20 ਦੀ ਗੱਲ ਹੁੰਦੀ ਆ, ਉਹਦਾ ਮਤਲਬ ਇਹੀ ਆ ਵੀ ਤੁਸੀਂ 5 ਸਾਲ ਸਿਆਸਤ ਦੇ ਨਾਂ 'ਤੇ ਧੰਦਾ ਚਲਾਉਂਦੇ ਹੋ, ਅਗਲੇ 5 ਸਾਲ ਉਹ ਧੰਦੇ ਨੂੰ ਚੱਲਦਾ ਰੱਖਣ ਲਈ ਤੁਸੀਂ ਸਰਕਾਰ ਨਾਲ ਠੁਮਕ ਠੁਮਕ ਕਰੀ ਜਾਂਦੇ ਹੋ। ਸਾਰਿਆਂ ਦੇ ਇਹੀ ਰੋਲ ਸੀ, ਇਹੀ 75 ਰੁਪਈਆ ਇਹੀ ਆ, ਮਤਲਬ 80-20 ਇਹੀ ਆ। ਇਹ ਬਦਲਣੀਆਂ ਪੈਣਗੀਆਂ ਨੀਤੀਆਂ। ਨਵਜੋਤ ਸਿੰਘ ਸਿੱਧੂ ਮੇਰੇ ਹਿਸਾਬ ਨਾਲ ਉਹਦਾ ਕਿਸੇ ਬੰਦੇ ਨਾਲ ਖਿਲਾਫ ਲੜਾਈ ਨਹੀਂ, ਜੋ ਮੈਂ ਸਮਝਦਾ। ਠੀਕ ਆ, ਉਹ ਕਈ ਵਾਰ ਵੱਡੀ ਚੁੰਡੀ ਵੱਢ ਜਾਂਦਾ, ਤਕਲੀਫ ਹੁੰਦੀ ਆ। ਮਤਲਬ ਹੁਣ ਜੇ ਪੰਜਾਬ ਨੂੰ ਜੀ ਲੁੱਟਿਆ ਨਹੀਂ ਕਿਸੇ ਨੇ, ਜੇ ਪੰਜਾਬ 'ਚ ਭ੍ਰਿਸ਼ਟਾਚਾਰ ਨਹੀਂ ਹੋਇਆ, ਪੰਜਾਬ ਰੰਗਲੇ ਤੋਂ ਕੰਗਲਾ ਕਿਵੇਂ ਬਣ ਗਿਆ ਅਤੇ ਕੰਗਲੇ ਤੋਂ ਰੰਗਲਾ ਕਿਵੇਂ ਬਣੂ? ਤੁਸੀਂ ਜਾ ਦੱਸੋ ਵੀ ਨਵਜੋਤ ਸਿੰਘ ਸਿੱਧੂ ਦਾ ਏਜੰਡਾ ਗਲਤ ਆ, ਇਹਦੇ ਅਨੁਸਾਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ, ਪੰਜਾਬ ਦਾ ਸੰਕਟ ਨਹੀਂ ਹੱਲ ਹੋ ਸਕਦਾ, ਚਾਹੇ ਕਾਂਗਰਸ ਦੀ ਨੀਤੀ ਦੇ ਖਿਲਾਫ਼ ਆ, ਚਾਹੇ ਰਾਸ਼ਟਰਵਾਦ ਦੇ ਖਿਲਾਫ਼ ਆ। ਤੁਸੀਂ ਤਾਂ ਉਹ ਐਂ ਕਹਿੰਦਾ ਜੀ, ਤੂੰ ਕਹਿੰਦਾ ਜੀ, ਤੜੱਕ ਕਹਿੰਦਾ ਜੀ, ਰਾਜੇ ਨੇ ਚੁੰਡੀ ਵੱਢ ਲਈ ਜੀ, ਬਾਜਵੇ ਦੀ ਚੁੰਡੀ ਵੱਢ ਲਈ ਜੀ, ਇਹਨਾਂ ਗੱਲਾਂ ਨਾਲ ਕੁਛ ਨਹੀਂ ਹੋਣਾ, ਇਹ 'ਤੇ ਸੰਵਾਦ ਕਰਨ ਦੀ ਲੋੜ ਆ। ਜਿਵੇਂ ਅਮਰਿੰਦਰ ਨੇ ਇੱਕ ਹੱਦ ਤੱਕ ਪੰਜਾਬ ਦੀ ਕਾਂਗਰਸ ਨੂੰ ਬਦਲਤਾ ਸੀ, ਮਤਲਬ ਐਂ ਹੋਣ ਲੱਗ ਗਿਆ ਸੀ ਵੱਖਰੀ ਗੱਲ ਕਰਦਾ, ਕਿਉਂਕਿ ਸੰਕਟ ਵੇਲੇ ਵੀ ਉਹਨੇ ਕਈ ਵੱਖਰੀਆਂ ਗੱਲਾਂ ਕੀਤੀਆਂ, ਅਸਤੀਫਾ ਦਿੱਤਾ, ਜੇ ਦਿੱਤਾ। ਲੋਕਾਂ ਨੇ ਕਾਂਗਰਸ ਨੂੰ ਪ੍ਰਵਾਨ ਨਹੀਂ ਕੀਤਾ, ਇਹ ਭੁਲੇਖਾ ਹੋਣਾ ਚਾਹੀਦਾ, ਅਮਰਿੰਦਰ ਨੂੰ ਪ੍ਰਵਾਨ ਕੀਤਾ। ਦੂਜੀ ਵਾਰ ਵੀ ਜਦੋਂ ਆ ਗਿਆ ਸੀ ਕੇਜਰੀਵਾਲ, ਕੇਜਰੀਵਾਲ ਤੇਰੇ ਨਾਲ, ਪੰਜਾਬ ਸਾਰਾ ਤੇਰੇ ਨਾਲ, ਉੱਥੇ ਕੈਪਟਨ ਆ ਗਿਆ ਸੀ, ਲੋਕਾਂ ਨੇ ਕੇਜਰੀਵਾਲ ਨਾਲ ਉਹਤੇ ਭਰੋਸਾ ਕੀਤਾ। ਆਹ ਤੀਜੀ ਵਾਰ ਹਾਲਤ ਹੋਰ ਬਦਲ ਗਈ, ਭਗਵੰਤ ਉਹਨਾਂ ਨੇ ਸਾਹਮਣੇ ਲਿਆਦਾ, ਲੋਕ ਕਹਿੰਦੇ ਚਾਹੇ ਖੂਹ 'ਚ ਸਿੱਟਣ ਜੀ, ਅਸੀਂ ਥੋਤੋਂ ਖੇੜਾ ਚਲਾਉਣਾ, ਗੱਲ ਖਤਮ ਆ। ਸੋ ਇਸ ਕਰਕੇ ਉਹ ਵਰਤਾਂਤ ਆ ਜਿਹੜਾ, ਉੱਥੇ ਕਾਂਗਰਸ ਫਸੀ ਖੜੀ ਹੈ। ਉਦੋਂ ਇਹ ਨਹੀਂ ਸਮਝੇ ਵੀ ਪੰਜਾਬ ਨੂੰ ਬਦਲਾਅ ਦੀ ਲੋੜ ਆ, ਹੁਣ ਇਹ ਨਹੀਂ ਸਮਝ ਰਹੇ ਮੁਲਕ ਨੂੰ ਬਦਲਾਅ ਦੀ ਲੋੜ ਆ। ਜਿਹੜੇ ਪਾਸੇ ਮੋਦੀ ਤੁਰਿਆ, ਤੁਰਿਆ ਤਾਂ ਇੱਥੋਂ ਸੀ ਨਾ, ਕਾਂਗਰਸ ਮੁਕਤ ਭਾਰਤ, ਫਿਰ ਕਹਿੰਦਾ ਸਵਾਲ ਮੁਕਤ ਮੀਡੀਆ, ਫਿਰ ਕਹਿੰਦਾ ਅੰਦੋਲਨ ਮੁਕਤ ਸੜਕਾਂ, ਪਹੁੰਚ ਕਿੱਥੇ ਗਿਆ? ਵਿਰੋਧੀ ਧਿਰ ਮੁਕਤ ਸੰਸਦ। ਸੋ ਇਸ ਕਰਕੇ ਡੁੱਬੇਗੀ ਕਿਸ਼ਤੀ ਤੋਂ ਡੁੱਬੇਗੇ ਸਾਰੇ, ਨਾ ਹਮ ਹੀ ਬਚੇਗੇ ਨਾ ਸਾਥੀ ਦੁਆਰੇ। ਕਾਂਗਰਸ ਬੌਧਿਕ ਤੌਰ 'ਤੇ ਕੰਗਾਲ ਆ, ਬੁਨਿਆਦੀ ਤੌਰ 'ਤੇ ਭ੍ਰਿਸ਼ਟ ਨੀਤੀਆਂ 'ਤੇ ਚੱਲ ਰਹੀ ਆ, ਬਦਲ ਸਕਦੀ ਆ। ਮੈਂ ਨਹੀਂ ਕਹਿੰਦਾ ਬੰਦੇ ਨਹੀਂ ਬਦਲਦੇ ਹੁੰਦੇ, ਇਹਨਾਂ ਨੂੰ ਮੰਨ ਲੈਣਾ ਚਾਹੀਦਾ ਵੀ ਜੋ ਹੋ ਗਿਆ ਹੋ ਗਿਆ, ਹੁਣ ਬਦਲ ਦੀ ਲੋੜ ਆ। ਇਹ ਬਦਲੇ ਜਾਣਗੇ, ਬਚ ਜਾਣਗੇ, ਨਹੀਂ ਦੇਖਾਂਗੇ ਆਉਣ ਵਾਲਾ ਸਮਾਂ 'ਚ। ਉਹ ਕਹਿੰਦੇ ਨਾ ਸ਼ਾਹ ਮੁਹੰਮਦ ਅੰਤ ਨੂੰ ਹੀ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ। ਅੱਛਾ, ਇੱਕ ਚੀਜ਼ ਮੈਂ ਆ ਵੀ ਜਾਣਨਾ ਚਾਹੁੰਦਾ, ਇੱਕ ਨਰੇਟਿਵ ਘੜਿਆ ਜਾ ਰਿਹਾ ਨਵਜੋਤ ਸਿੰਘ ਸਿੱਧੂ ਦੇ ਬਾਰੇ 'ਚ। ਉਹ ਸਾਫ਼ ਤੌਰ 'ਤੇ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਹੁਣ ਭਾਜਪਾ 'ਚ ਉਡਾਰੀ ਮਾਰਨ ਨੂੰ ਦੁਬਾਰਾ ਤਿਆਰ ਬੈਠੇ। ਇੱਕ ਚੀਜ਼ ਬਣਾ ਦਿੱਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਥਾਂ ਖੜਦੇ ਨਹੀਂ ਹੈ, ਇਹ ਇੱਧਰ ਉੱਧਰ ਜਾਂਦੇ ਪਏ ਆ ਸਿਰਫ ਇਸ ਕਰਕੇ ਕਿਉਂਕਿ ਇਹ ਪ੍ਰਧਾਨਗੀ ਭਾਲਦੇ ਆ। ਪਹਿਲੀ ਮੇਰੀ ਗੱਲ ਸੁਣੋ ਜੀ, ਤੁਸੀਂ ਪ੍ਰਧਾਨਗੀ ਦਾ ਠੇਕਾ ਲਿਆ ਹੋਇਆ, ਤੁਸੀਂ ਛੱਡ ਕੇ ਦਿਖਾ ਦਿਓ ਪ੍ਰਧਾਨਗੀਆਂ ਨਾ। ਤੁਸੀਂ ਕਹੋ ਉਹਨੇ ਤਾਂ ਛੱਡਿਆ, ਮੰਤਰੀ ਪਦ ਉਹਨੇ ਛੱਡਿਆ, ਰਾਜ ਸਭਾ ਸੀਟ ਉਹਨੇ ਛੱਡੀ, ਹੈਂਜੀ, ਮਤਲਬ ਪ੍ਰਧਾਨਗੀ ਉਹਨੇ ਛੱਡੀ, ਫਿਰ ਠੀਕ ਆ ਆਪਣੀ ਗੱਲ ਮਨਾ ਕੇ ਰਿਹਾ। ਜਾਂ ਤਾਂ ਤੁਸੀਂ ਛੱਡ ਕੇ ਦਿਖਾ ਦਿਓ, ਫਿਰ ਤਾਂ ਤੁਹਾਨੂੰ ਇਹ ਕਹਿਣ ਦਾ ਨੈਤਿਕ ਹੱਕ ਆ। ਦੂਜੀ ਗੱਲ, ਭਾਜਪਾ 'ਚ ਗਿਆ ਹੋ, ਕਾਂਗਰਸ 'ਚ ਆਇਆ, ਭਾਜਪਾ 'ਚ ਗਿਆ ਹੋ, ਉੱਥੇ ਵੀ ਆਪਣੀ ਗੱਲ ਰੱਖਦਾ ਰਿਹਾ ਨਾ, ਅਕਾਲੀਆਂ ਦੇ ਨਾਲ ਪੂਰਾ ਅੱਡਾ ਲਾਇਆ ਨਾ ਵੀ ਕਰਪਸ਼ਨ ਫੈਲਾ ਰੱਖੀ ਆ, ਕਿਉਂਕਿ ਇਹਨਾਂ ਨੇ ਤਾਂ ਸਮਝੌਤਾ ਇਹ ਕਰ ਲਿਆ ਸੀ ਬਾਦਲ ਕਹਿੰਦੇ ਵੀ ਕੇਂਦਰ 'ਚ ਤੁਸੀਂ ਜੋ ਮਰਜ਼ੀ ਕਰੋ, ਅਸੀਂ ਨਹੀਂ ਉਹ ਕਰਦੇ, ਪੰਜਾਬ 'ਚ ਅਸੀਂ ਜੋ ਮਰਜ਼ੀ ਕਰੀਏ, ਤੁਹਾਡੀ ਭਾਜਪਾ ਨਾ ਉਹ ਕਰੇ। ਸਿੱਧੂ ਨੇ ਤੋੜਿਆ, ਨਸ਼ਿਆਂ ਬਾਰੇ ਵੀ ਤੋੜਿਆ, ਲੁੱਟ ਬਾਰੇ ਵੀ ਤੋੜਿਆ, ਇਹਨਾਂ ਦੇ ਆ ਕੇ ਹੱਕ 'ਚ ਨਹੀਂ ਬੋਲਿਆ।
ਫਿਰ ਭਾਜਪਾ ਤੋਂ ਬਾਹਰ ਆਇਆ। ਠੀਕ ਹੈ, ਕੇਜਰੀਵਾਲ ਨਾਲ ਉਹਦੀ ਗੱਲ ਚੱਲੀ ਕਿਉਂਕਿ ਲੱਗਦਾ ਸੀ ਵੀ ਬਦਲਾਅ ਦੀ ਗੱਲ ਆ, ਸਾਰੇ ਨੂੰ ਰੱਦ ਕਰਦੀ ਆ, ਸਾਰੇ ਚੋਰ ਨੇ ਲਟੇਰੇ ਨੇ। ਉਹਨੇ ਅਸੈਸਮੈਂਟ ਲਾ ਲਈ ਵੀ ਇਹ ਤਾਂ ਗੱਲੇ ਹੋ ਰੱਖੀ ਆ। ਉਹਦੇ ਵਿੱਚ ਉਹ ਕਾਂਗਰਸ 'ਚ ਆ ਗਿਆ। ਕਾਂਗਰਸ 'ਚ ਆਉਣ ਸਾਰ ਉਹਨੇ 50-60 ਰੈਲੀਆਂ ਕੀਤੀਆਂ, ਜਿੱਤ 'ਚ ਕੈਪਟਨ ਦੀ 'ਚ ਉਹਨੇ ਹਿੱਸਾ ਪਾਇਆ। ਮਤਲਬ ਆਪਾਂ ਇਹ ਤੋਂ ਨਾ ਨਹੀਂ ਕਰ ਸਕਦੇ। ਫਿਰ ਸਰਕਾਰ 'ਚ ਮੰਤਰੀ ਬਣ ਕੇ ਉਹਨੇ ਆਪਦੀ ਗੱਲ ਰੱਖੀ। ਹੁਣ ਸਾਡੇ ਸਮੱਸਿਆ ਕੀ ਆ, ਇੱਕ ਗੱਲ ਇਹ ਬਣਾਤੀ ਕੇਜਰੀਵਾਲ ਨੇ, ਜਿਹੜਾ ਵੱਖਰਾ ਵਿਚਾਰ ਰੱਖਦਾ ਅਹੁਦੇ ਦਾ ਭੁੱਖਾ, ਜਿਹੜਾ ਵੱਖਰਾ ਵਿਚਾਰ ਰੱਖਦਾ ਇਹ ਮੈਨੂੰ ਲਾਉਣਾ ਚਾਹੁੰਦਾ। ਜਮਹੂਰੀਅਤ ਦਾ ਮਤਲਬ ਹੁੰਦਾ ਵੱਖਰੇ ਵਿਚਾਰ ਰੱਖਣੇ, ਵੱਖਰੇ ਵਿਚਾਰ 'ਤੇ ਸੰਵਾਦ ਹੁੰਦਾ। ਮੈਨੂੰ ਕਿਸੇ ਨੇ ਪੁੱਛਿਆ ਪੰਜਾਬ ਕਾਂਗਰਸ ਨੂੰ ਖਰਾਬ ਸਿੱਧੂ ਕਰਨਾ ਚਾਹੁੰਦਾ ਕਿ ਬਿਲਡਿੰਗ, ਮੈਂ ਦੋਹੇ ਨਹੀਂ ਕਰਨਾ ਚਾਹੁੰਦੇ ਖਰਾਬ। ਸਿੱਧੂ ਵਿਚਾਰ ਨਾਲ ਸੰਵਾਦ ਨਾਲ ਇਹਨੂੰ ਸਵਾਰਨਾ ਚਾਹੁੰਦਾ, ਰਾਜਾ ਜਵਤ ਦੇ ਡੰਡੇ ਨਾਲ ਸਵਾਰਨਾ ਚਾਹੁੰਦਾ। ਹੁਣ ਇਹ ਦੇਖ ਲਓ ਕਿਹਦੇ ਨਾਲ ਹੋਊਗੀ। ਇਸ ਕਰਕੇ ਮੈਂ ਇਹ ਕਹਾਂ ਵੀ ਉਹ ਮਾੜੇ ਨੇ, ਉਹ ਮਾੜੇ ਨੇ, ਮਤਲਬ ਕਿ ਨਿੱਜ ਪ੍ਰਸਤ, ਪਰਿਵਾਰ ਪ੍ਰਸਤ ਅਤੇ ਮਾਇਆ ਦੀ ਹਾਬੜ ਵਾਲੀ ਜਿਹੜੀ ਦੌੜ ਆ ਉਹ ਤੋਂ ਬਾਹਰ ਨਿਕਲਣਾ ਚਾਹੀਦਾ। ਮਾਝਾ ਬ੍ਰਿਗੇਡ ਆ, ਬਥੇਰੀਆਂ ਮੌਜਾਂ ਕੀਤੀਆਂ ਅਮਰਿੰਦਰ ਵੇਲੇ, ਉਹਨੂੰ ਲਾ ਕੇ ਵੀ ਬਥੇਰੀਆਂ ਮੌਜਾਂ ਕੀਤੀਆਂ, ਬਾਦਲ ਨੂੰ ਤਿਆਰ ਨਹੀਂ। ਸੁਖਜਿੰਦਰ ਸਿੰਘ ਰੰਧਾਵਾ ਮੈਂ ਸਤਿਕਾਰ ਕਰਦਾ, ਤੁਸੀਂ ਦੇਖੋ ਨਫ਼ਰਤ ਕਿੰਨੀ ਆ। ਜਦੋਂ ਸਿੱਧੂ ਜੇਲ੍ਹ ਗਿਆ, ਸੁਪਰੀਮ ਕੋਰਟ ਨੇ ਬਰੀ ਕੀਤਾ ਹੋਇਆ ਬੰਦਾ, ਰਿਵਿਊ ਪਟੀਸ਼ਨ 'ਚ 23 ਦੀ ਧਾਰਾ 'ਚ 1 ਸਾਲ ਕੈਦ ਕੱਟ ਕੇ ਆਇਆ ਨਾ। ਰੰਧਾਵੇ ਦਾ ਪ੍ਰਤੀਕਰਮ ਮੈਂ ਸੁਣਿਆ, ਕਹਿੰਦਾ ਸਿੱਧੂ ਨੇ ਜੋ ਕਾਂਗਰਸ ਨਾਲ ਕੀਤੀ ਸੀ ਰੱਬ ਨੇ ਉਹਨੂੰ ਸਜ਼ਾ ਦੇ ਦਿੱਤੀ। ਹੁਣ ਤੁਸੀਂ ਦੇਖੋ ਖੋਖਲਾਪਣ ਕਿੰਨਾ ਹੈ ਵਿਚਾਰਾਂ ਦਾ। ਬੰਦਿਆਂ ਨਾਲ ਬੰਦਿਆਂ ਦੀ ਕੀ ਲੜਾਈ ਆ ਜੀ? ਬਿਲਕੁਲ, ਬੰਦੇ ਦਾ ਬੰਦਾ ਹੋਣਾ ਤੇ ਬੰਦੇ ਦਾ ਵਿਰੋਧੀ ਹੋਣਾ ਤਾਂ ਬ੍ਰਾਹਮਣਵਾਦੀ ਪਹੁੰਚਾ, ਮਨਮੁਖੀ ਪਹੁੰਚਾ। ਮਤਲਬ ਸੰਵਾਦ ਨਾਲ ਜੁੜਨਾ, ਵਿਚਾਰ ਨਾਲ ਜੁੜਨਾ, ਵਿਚਾਰ ਦੀ ਆਲੋਚਨਾ ਕਰਨੀ, ਇਹ ਗੁਰਮੁਖ ਵਾਲੀ ਪਹੁੰਚਾ। ਸੋ ਇਸ ਕਰਕੇ ਸੰਵਾਦ ਦੀ ਲੋੜ ਆ। ਜਿਹੜੇ ਬੰਦੇ ਦੇ ਪੱਲੇ ਸੱਚ ਆ ਬਾਈ ਜੀ, ਉਹ ਕਹਿੰਦਾ ਆਓ ਸੰਵਾਦ ਕਰੀਏ, ਉਹ ਇਹ ਵੀ ਕਹਿੰਦਾ ਆ ਕਰ ਲਓ ਗੱਠਜੋੜ ਇਹਦੇ ਨਾਲ, ਇਹਨਾਂ ਨਾਲ, ਕਿਉਂਕਿ ਉਹਨੂੰ ਅੱਜ ਕੱਲ੍ਹ ਤੁਸੀਂ ਇਹ ਦੇਖੋ ਵਿਰੋਧੀ ਧਿਰ ਦਾ ਕੌਣ ਰੋਲ ਨਿਭਾ ਰਿਹਾ ਪੰਜਾਬ 'ਚ? ਨਵਜੋਤ ਸਿੱਧੂ ਤੇ ਖਹਿਰਾ। ਇਹ ਇਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡਾ ਰੌਲਾ ਕੀ ਹੈ ਭਗਵੰਤ ਮਾਨ ਨਾਲ? ਤੁਹਾਡਾ ਰੌਲਾ ਹੀ ਇਹ ਆ ਵੀ ਜਿਵੇਂ ਅਸੀਂ ਲੁੱਟਦਾ ਸੀ ਉਹ ਲੁੱਟਦਾ, ਉਹ ਸਾਡੇ ਖਿਲਾਫ਼ ਬੋਲਦੇ ਆ, ਜਦੋਂ ਸੱਤਾ 'ਚ ਆ ਜਾਂਦੇ ਚੁੱਪ ਕਰ ਜਾਂਦੇ ਆ। ਅਮਰਿੰਦਰ ਨੇ ਇੱਕ ਵਾਰ ਲੜਾਈ ਲੜੀ, ਮੁੜ ਕੇ ਅਗਲਿਆਂ ਨੇ ਕੰਨ ਖਿੱਚਦੇ ਉਹਦੇ ਪੂਰੇ, 5 ਸਾਲ ਐਤਕੀ ਮੋਦੀ ਵਾਲੀ ਰਾਜ ਕੀਤਾ, ਆਪ ਸਾਰੇ ਇਹ ਮੰਨਦੇ ਆ। ਸੋ ਇਸ ਕਰਕੇ ਸਮਝਣ ਦੀ ਲੋੜ ਇਹ ਆ ਵੀ ਸੰਵਾਦ ਦੀ ਲੋੜ ਆ। ਜਿਹੜਾ ਸਿੱਧੂ ਲੀਡਰ ਬਣਨਾ ਚਾਹੁੰਦਾ, ਕਿਉਂ ਸਿੱਧੂ ਦੇ ਮਤਲਬ ਕੋਈ ਉਹ ਖਾਸ ਖਰਸ ਪਈ ਹੋਈ ਹੈ ਵੀ ਉਹ ਬਣ ਨਹੀਂ ਸਕਦਾ? ਇਮਾਨਦਾਰ ਤੁਹਾਡੇ ਨਾਲੋਂ ਵੱਧ, ਤਿਆਗੀ ਤੁਹਾਡੇ ਨਾਲੋਂ ਵੱਧ, ਦ੍ਰਿੜਤਾ ਤੁਹਾਡੇ ਨਾਲੋਂ ਵੱਧ, ਕਿਉਂ ਨਹੀਂ ਬਣ ਸਕਦਾ ਜੀ ਉਹ? ਇਹ ਦੇਖੋ ਕੇਜਰੀਵਾਲ ਦੇ ਸਾਹਮਣੇ ਜਿਹਨੇ ਸਵਾਲ ਉਠਾਇਆ, ਉਹਨੇ ਮੁੜ ਕੇ ਮੁਲਾਕਾਤ ਨਹੀਂ ਕੀਤੀ ਉਸ ਬੰਦੇ ਨਾਲ, ਪਾਰਟੀ 'ਚੋਂ ਕੱਢ ਕੇ। ਜੋਗਿੰਦਰ ਯਾਦਵ ਲੈ ਲਓ, ਗਾਂਧੀ ਲੈ ਲਓ, ਛੋਟੇਪੁਰ ਲੈ ਲਓ, ਖਹਿਰਾ ਲੈ ਲਓ, ਕਮਰ ਸੰਧੂ ਲੈ ਲਓ, ਇਹੀ ਇਹੀ ਖਾਸਾ ਇਹਨਾਂ ਦਾ। ਅਕਾਲੀਆਂ 'ਚ ਜਿਹਨੇ ਆਵਾਜ਼ ਉਠਾਈ, ਕੱਢਤਾ ਪੰਜੋਲੀ, ਕੱਢਤਾ ਜੀ ਬੀਬੀ, ਕੱਢਤੀ ਜੀ ਢੀਂਡਸਾ, ਕੱਢਤਾ ਜੀ, ਉਹ ਤਾਂ ਫੈਸਲੇ ਵਾਪਸ ਲਓ ਉਹਨਾਂ ਦੀ ਤੁਸੀਂ। ਹੁਣ ਇੱਥੇ ਜਿਹੜਾ ਵੱਖਰੀ ਆਵਾਜ਼ ਉਠਾਉਂਦਾ, ਹੁਣ ਗੱਲ ਤਾਂ ਉਹਨਾਂ ਨੂੰ ਇਹ ਹੈ ਨਾ ਵੀ ਜੇ ਸਿੱਧੂ ਵਾਲੀਆਂ ਗੱਲਾਂ ਚੱਲਣ ਲੱਗ ਗਈਆਂ ਕਾਂਗਰਸ ਦੇ ਅੰਦਰ, ਫਿਰ ਦੁਕਾਨਾਂ ਬੰਦ ਹੋਣਗੀਆਂ। ਬਾਈ ਜੀ ਮੈਨੂੰ ਕਿਹਾ ਕਿਸੇ ਨੇ, ਬਹੁਤ ਸੀਨੀਅਰ ਬੰਦੇ ਨੇ ਉਦੋਂ ਪਹਿਲਾਂ, ਸਿੱਧੂ ਨੂੰ ਸਮਝਾਓ ਮਾਲੀ ਸਾਹਿਬ, ਜੇ ਇਹਦੇ ਵਾਲਾ ਏਜੰਡਾ ਲਾਗੂ ਹੋ ਗਿਆ ਕਾਂਗਰਸ ਭਵਨ ਨੂੰ ਰੰਗ ਨਹੀਂ ਹੋਣਾ। ਉਹ ਮੈਂ ਹੋ ਜਾਂਦਾ ਹੁੰਦਾ, ਕੇਜਰੀਵਾਲ ਨੇ ਪਹਿਲਾਂ ਜੋ ਕਹਿ ਕੇ ਲੜਾਈ ਲੜੀ ਬਿਨਾਂ ਪੈਸਿਆਂ ਤੋਂ ਜਿੱਤ ਗਏ। ਇਮਾਨਦਾਰੀ ਨਾਲ ਚੱਲੋਗੇ ਪੈਸਿਆਂ ਦੀ ਘਾਟ ਨਹੀਂ ਰਹਿੰਦੀ ਹੁੰਦੀ। ਅੱਛਾ ਮੈਨੂੰ ਇੱਕ ਆਖਰੀ ਗੱਲ ਦੱਸਿਓ ਇਸੇ ਮਾਮਲੇ ਦੇ ਬਾਰੇ 'ਚ। ਇੱਕ ਪਾਸੇ ਤਾਂ ਹੁਣ ਵਾਰ ਵਾਰ ਕਿਹਾ ਜਾ ਰਿਹਾ, ਜੇ ਆਪਾਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ, ਅਸੀਂ ਸੁਖੀ ਰੰਧਾਵਾ ਦੀ ਗੱਲ ਕਰ ਲਈਏ, ਜਾਂ ਰਾਜਾ ਫੜਿੰਗ ਦੀ ਗੱਲ ਕਰ ਲਈਏ, ਉਹਨਾਂ ਨੂੰ ਫਿਰ ਹੁਣ ਇਸ ਗੱਲ ਤੋਂ ਤਕਲੀਫ ਹੈਗੀ ਹੈ ਕਿ ਵੱਖਰੇ ਖਾੜੇ ਲਾਉਂਦਾ ਭਾਈ, ਕਿਉਂ ਕਾਂਗਰਸ ਦਾ ਪ੍ਰਚਾਰ ਨਹੀਂ ਕਰ ਰਿਹਾ ਨਵਜੋਤ ਸਿੱਧੂ? ਹੈਰਤ ਦੀ ਗੱਲ ਆ ਕਿ ਤੁਸੀਂ ਵੀ ਪ੍ਰਚਾਰ ਕਰ ਰਹੇ ਹੋ, ਉਹ ਵੀ ਪ੍ਰਚਾਰ ਕਰ ਰਹੇ ਨੇ, ਤੁਹਾਨੂੰ ਇਹਦੇ 'ਚ ਕੀ ਹੋਏਗਾ ਕਿ ਉਹ ਤੁਹਾਡੇ ਖਾੜੇ 'ਤੇ ਆ ਕੇ ਜੇ ਉਹ ਪ੍ਰਚਾਰ ਕਰਨ?
ਇਹ ਕਹਿੰਦੇ ਨੇ ਨਾ ਇਹਨਾਂ ਦੀ ਲੜਾਈ ਪਤਾ ਕੀ ਆ, ਜਿਵੇਂ ਅਸੀਂ ਨੀ ਭਗਵੰਤ ਮਾਨ ਸਰਕਾਰ ਖਿਲਾਫ਼ ਬੋਲੇ ਤੂੰ ਕਿਉਂ ਬੋਲਣਾ, ਇਹ ਇਹਨੂੰ ਜਬਤ ਕਹਿੰਦੇ ਨੇ ਸਾਡੀ ਸਟੇਜ ਤੇ ਆ ਕੇ ਸਾਡੇ ਵਾਂਗੂ ਬੋਲ। ਪਹਿਲੀ ਗੱਲ ਉਹ ਕੋਈ ਆਗੂ ਨੀ, ਉਹਦੀ ਉਸ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨੀ, ਉਹਨੂੰ ਹੱਕ ਆ। ਕੱਲ ਮੈਂ ਦਰਬਾਰ ਸਾਹਿਬ ਤੇ ਦੇਖਿਆ ਬੋਲਦਾ, ਮਤਲਬ ਇਹ ਕੇਰਾਂ ਤਾਂ ਚੜ ਕੇ ਆਏ ਸੀ ਨਾ, ਹੁਣ ਹਾਲਾਤ ਜੀ ਜਦੋਂ ਬਦਲ ਗਈ ਲਾਗੇ ਰੀ ਨੀ ਕਰਨ ਪਿਛਕ, ਮਤਲਬ ਅਮਰਿੰਦ ਰਾਜਾ ਬੜਿੰਗ ਕਹਿੰਦਾ ਰੈਲੀਆਂ ਕਰਨ ਦਾ ਕਿਸੇ ਨੂੰ ਹੱਕ ਆ, ਆ ਕੇ ਮੇਰੇ ਹਲਕੇ ਚ ਵੀ ਕਰ ਸਕਦੇ ਆ, ਫਿਰ ਵੱਖਰਾ ਖਾਣਾ ਕਿਵੇਂ ਹੋਇਆ ਜੀ। ਫਿਰ ਪ੍ਰਧਾਨ ਸਾਹਿਬ ਨੂੰ ਆਪਣੀ ਪ੍ਰਧਾਨਗੀ ਦਾ ਥੋੜਾ ਅਹੁਦਾ ਚੁਭਦਾ ਪਿਆ ਮੈਨੂੰ ਲੱਗਦਾ। ਨਹੀਂ ਚਲੋ ਅਹੁਦਾ ਤਾਂ ਹੁੰਦੇ ਨੇ, ਉਹਦੇ ਆਉਣੀ ਜਾਣੀ ਗੱਲ ਰਹਿੰਦੀ ਆ, ਮਤਲਬ ਇੱਕ ਲੀਡਰਸ਼ਿਪ ਬਣਨੀ, ਇੱਕ ਸੇਧ ਮਾਰਗ ਸੇਧ ਅਪਣਾ ਲੈਣੀ ਬਹੁਤ ਵੱਡੀ ਗੱਲ ਸੀ। ਟੌੜਾ ਸਾਹਿਬ ਕਦੇ ਮੁੱਖ ਮੰਤਰੀ ਨੀ ਬਣੇ, ਕਦੇ MLA ਨੀ ਬਣੇ, ਪਰ ਕੌਮ ਦੇ ਤਾਂ ਆਗੂ ਉਹੀ ਸੀ ਨਾ ਜੀ। ਅੱਜ ਯਾਦ ਆਉਂਦੀ ਆ ਨਾ ਉਹਨਾਂ ਦੀ ਇਕੱਲੀ ਇਕੱਲੀ ਗੱਲ, ਇਹਨਾਂ ਨੂੰ ਵੀ ਯਾਦ ਆਉਂਦਾ ਜੀ ਬਾਦਲਕਿਆਂ ਨੂੰ ਵੀ ਜੇ ਟੌੜਾ ਸਾਹਿਬ ਦੀਆਂ ਮੰਨਦੇ ਉਸ ਰਾਹ ਤੇ ਤੁਰਦੇ ਤਾਂ ਆਹ ਹਾਲ ਨਹੀਂ ਹੋਣਾ ਸੀ। ਸੋ ਇਸ ਕਰਕੇ ਅਹੁਦਿਆਂ ਦੀ ਲੜਾਈ ਨਹੀਂ ਹੈ, ਦੇਖੋ ਜਿਹਦੀ ਲਾਈਨ ਜਿੱਤੂ ਉਹੀ ਲੀਡਰਸ਼ਿਪ ਪਾਰਟੀ ਉਹਨਾਂ ਨੂੰ ਦਊ। ਮਤਲਬ ਜੇ ਲਾਈਨ ਸੁਖਵੀਰ ਦੀ ਜਿੱਤ ਗਈ, ਬਾਦਲ ਸਾਹਿਬ ਦੀ ਜਿੱਤ ਗਈ, ਲੀਡਰਸ਼ਿਪ ਉਹਨਾਂ ਨੂੰ ਮਿਲ ਗਈ। ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਲਾਈਨ ਸਿੱਧੂ ਦੀ ਮੁੱਖ ਮੰਤਰੀ ਚੰਨੀ, ਇਹ ਕਿਵੇਂ ਚੱਲੂ? ਇਹਨਾਂ ਨੇ ਚੰਨੀ ਵਾਲੀ ਲਾਈਨ ਲਈ ਦਲਿਤ ਪੱਤਾ ਖੇਡਿਆ, ਉਹਦੇ ਰਿਜ਼ਲਟ ਤੁਹਾਡੇ ਸਾਹਮਣੇ ਆ ਗਏ। ਇਸ ਕਰਕੇ ਇਹ ਕਹਿਣਾ ਵੀ ਉਹਦਾ ਜੀ ਫਲਾਨਾ ਜੀ ਕੋਈ ਏਡੀ ਖਾਸ ਗੱਲ ਨਹੀਂ। ਅੱਛਾ ਮਾਲੀ ਸਾਹਿਬ, ਜਾਂਦੇ ਜਾਂਦੇ ਇੱਕ ਗੱਲ ਦੱਸ ਜੋ ਕਿ ਹੁਣ 24 ਨਜ਼ਦੀਕ ਹੈ, ਚੋਣਾਂ ਮਤਲਬ 24 ਦੀਆਂ ਨਜ਼ਦੀਕ ਨੇ, ਅਤੇ ਕੀ ਤੁਹਾਨੂੰ ਤੁਸੀਂ ਕੀ ਐਨਾਲਾਈਜ਼ ਕੀਤਾ, ਮਤਲਬ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ ਚੋਣਾਂ ਨੂੰ ਲੈ ਕੇ ਔਰ ਖਾਸ ਕਰਕੇ ਉਹਦੇ ਰਿਜ਼ਲਟਸ ਨੂੰ? ਦੇਖੋ ਰਿਜ਼ਲਟਸ ਤਾਂ ਇਸ ਗੱਲ 'ਤੇ ਨਿਰਭਰ ਆ ਵੀ ਜਿਹੜਾ ਕੌਮਨ ਮਿਨੀਮਮ ਪ੍ਰੋਗਰਾਮ ਆ ਉਹ ਕਿੰਨਾ ਜਲਦੀ ਅਤੇ ਕਿੰਨਾ ਸਾਰਥਕ ਬਣਾ ਲੈਂਦੀ ਹੈ ਇੰਡੀਆ ਸੰਕਲਪ। ਇਹਦੇ ਨਾਲ ਬਹੁਤ ਮਸਲੇ ਹੁੰਦੇ ਆ ਹੁਣ ਜਿਹੜੇ ਪਤਾ ਨਹੀਂ ਬਾਹਲੇ ਲੋਕਾਂ ਨੂੰ, ਜਿਹੜੇ ਕਹਿੰਦੇ ਨੇ ਜੀ ਜੇ ਕਾਂਗਰਸ ਅਤੇ ਆਪ ਦਾ ਗੱਠਜੋੜ ਹੋ ਗਿਆ ਇਹਨਾਂ ਦੀ ਤਾਂ ਸਾਰਾ ਕੁਛ ਹੀ ਮਿਟ ਜੂ, ਫਿਰ ਇਹਨਾਂ ਨੂੰ ਤਾਂ ਇੱਕ ਦੂਜੇ ਦੀ ਪ੍ਰਸ਼ੰਸਾ ਕਰਨੀ ਪਊ, ਕਿਉਂ ਕਰਨੀ ਪਊ ਜੀ? ਕੌਮਨ ਮਿਨੀਮਮ ਪ੍ਰੋਗਰਾਮ ਹੋਊ, ਦੋਹੇ ਉਹ ਤੇ ਮੋਦੀ ਦੇ ਖਿਲਾਫ ਲੜਨਗੇ, ਆਪਸ ਦੇ ਵਿੱਚ ਸੀਜ਼ ਫਾਇਰ ਹੋਊ, ਉਦੋਂ ਬਾਅਦ ਅੱਜ ਜਿਹਦੇ ਪੱਲੇ ਸੱਚਾ ਲੜਤਾ ਆਪ ਸਰਕਾਰ ਦੇ ਉਹੀ ਲੜਿਆ ਤੇ ਉਹੀ ਕਹਿ ਰਿਹਾ ਕਰੋ ਸਮਝੌਤਾ, ਵੱਡੀ ਲੜਾਈ ਆ, ਜਿਹੜਾ ਲੜ ਰਿਹਾ ਉਹੀ ਸਮਝੌਤਾ ਕਰ ਰਿਹਾ। ਜਿਹੜੇ 75-25-80 ਵਾਲੇ ਨੇ ਉਹ ਕਹਿੰਦੇ ਅਸੀਂ ਨਹੀਂ ਨਾਲ ਰਲਣਾ ਵੀ ਕਿਤੇ ਉਹਨਾਂ ਦੇ ਵਿੱਚੇ ਨਾ ਸਮਾ ਜਾਈਏ। ਤੀਜੀ ਗੱਲ ਇਹ ਆ ਜਿਹੜਾ ਕੇਜਰੀਵਾਲ ਆ ਨਾ ਬਹੁਤ ਸ਼ਰਾਰਤੀ ਬੱਚਾ ਹੈ, ਇਹਦੀ ਰੂਹ ਹੈਗੀ ਆ ਮੋਦੀ ਕੋਲੇ, ਇਹਦਾ ਸਰੀਰ ਆ ਇੰਡੀਆ ਕੋਲੇ, ਇਹ ਪੰਗਾ ਛੇੜਦਾ। ਪਹਿਲੇ ਗੱਠ ਜੋ ਮੀਟਿੰਗ ਚ ਗਿਆ ਕਹਿੰਦਾ ਆਰਡੀਨੈਂਸ ਨੂੰ ਏਜੰਡਾ ਬਣਾਓ, ਉਹ ਕਹਿੰਦੇ ਕੋਈ ਏਜੰਡਾ ਨਹੀਂ ਦੇਖ ਲਾਂਗੇ ਜਦੋਂ ਆਰਡੀਨੈਂਸ ਆਊਗਾ। ਦੂਜੀ ਮੀਟਿੰਗ ਚ ਗਿਆ ਕਹਿੰਦਾ ਚਿਹਰਾ ਚਾਹੀਦਾ, ਉਹ ਕਹਿੰਦੇ ਮੁੱਦਿਆਂ ਦੀ ਲੜਾਈ ਆ। ਤੀਜੀ ਮੀਟਿੰਗ ਚ ਗਿਆ ਮਮਤਾ ਨੇ ਗੱਲ ਕੀਤੀ, ਉਹਨਾਂ ਦੀ ਅੰਦਰੂਨੀ ਪੋਲੀਟਿਕਸ ਆ, ਚਲੋ ਕਾਂਗਰਸ ਨੇ ਕਹਿ ਦਿੱਤਾ, ਰਾਹੁਲ ਨੇ ਤਾਂ ਕਹਿ ਦਿੱਤਾ ਮੈਂ PM ਦੀ ਰੇਸ ਚ ਨਹੀਂ ਹੈਗਾ, ਤੇ ਇਹ ਵੀ ਕਹਿਤਾ ਵੀ ਜ਼ਰੂਰੀ ਨਹੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਵੇ, ਪਰ ਕਿਉਂਕਿ ਮੁੱਦਿਆਂ ਦੀ ਸਿਆਸਤ ਤੋਂ ਕੇਜਰੀਵਾਲ ਬਹੁਤ ਚੱਲਦਾ, ਇਸ ਕਰਕੇ ਚਿਹਰੇ ਦੀ ਸਿਆਸਤ ਲਿਆਉਣਾ ਚਾਹੁੰਦਾ। ਇਹਨੇ ਫਿਰ ਖੜਗੇ ਦੀ ਹਿਮਾਇਤ ਕਰਤੀ, ਖੜਗੇ ਨੇ ਨਾਲੇ ਕੱਟਤਾ, ਕਹਿੰਦਾ ਪਹਿਲਾਂ ਜਿੱਤ ਤਾਂ ਜਾਓ ਫਿਰ ਕੀ ਬਣੋ। ਹੁਣ ਗੁਜਰਾਤ ਚ ਇੱਕ ਕੈਂਡੀਡੇਟ ਵੀ ਅਨਾਊਂਸ ਕਰਤਾ, ਪਹਿਲਾਂ ਮੈਂ ਕਹਿੰਦਾ ਇਹਨਾਂ ਦੀ ਪੱਕੀ ਸੀਟ ਆ, ਇਹਨਾਂ ਨੂੰ ਮਿਲ ਜਾਣੀ ਚਾਹੀਦੀ ਆ, ਠੀਕ ਵੀ ਹੋ ਸਕਦੇ ਆ, ਹੁਣ ਵੀ ਉਹ ਮੰਨ ਸਕਦੇ ਆ, ਪਰ ਇਹ ਕਹਿਣਾ ਹੁਣ ਇਹ ਆ। ਇਹਨਾਂ ਦਾ ਕੱਲ੍ਹ ਮੈਂ News 18 ਤੇ ਅਹਿਬਾਬ ਗਰੇਵਾਲ ਬੋਲਦਾ ਸੁਣਿਆ, ਕਹਿੰਦਾ ਨਾ ਦਿੱਲੀ 'ਚ ਸਮਝੌਤਾ ਕਰੀਏ ਨਾ ਪੰਜਾਬ 'ਚ ਕਰੀਏ, ਇੱਥੋਂ ਕਾਂਗਰਸ ਖਤਮ ਕੀਤੀ ਹੋਈ, ਅਸੀਂ ਮੁੜ ਕੇ ਇਹਨਾਂ ਦੇ ਪੈਰ ਨਹੀਂ ਲਾਉਂਦੇ, ਦੂਜੇ ਰਾਜਾਂ 'ਚ ਸਾਡੇ ਨਾਲ ਸਮਝੌਤਾ ਕਰ ਲੈਣ। ਲੋਕਾਂ ਨੂੰ ਤੁਸੀਂ ਇੰਨਾ ਬੇਵਕੂਫ ਸਮਝਦੇ ਹੋ ਵੀ ਤੁਹਾਨੂੰ ਗੁਜਰਾਤ 'ਚ ਸੀਟਾਂ ਦੇ ਦੇਣ, ਗੋਆ 'ਚ ਦੇ ਦੇਣ, ਮੱਧ ਪ੍ਰਦੇਸ਼ ਦੇ ਦੇਣ, ਇੱਥੇ ਨਹੀਂ ਅਸੀਂ ਕਰਦੇ। ਸੋ ਇਹ ਇਹਨਾਂ ਦੀ ਨਾ ਮਤਲਬ ਖਿੰਡੀਆਂ ਹੋਈਆਂ ਮਾਨਸਿਕਤਾ ਨੇ, ਸਮਝੌਤਾ ਕਰ ਲੈਣ ਤਾਂ ਵੀ ਚੰਗਾ, ਨਹੀਂ ਕਰ ਲੈਣਗੇ ਦੇਖੀ ਜਾਊ ਫਿਰ ਕੀ ਬਣਦਾ। ਹਾਂਜੀ।
ਤੇ ਬਿਲਕੁਲ ਇਹ ਹਾਲਾਤ 2024 ਦੀਆਂ ਚੋਣਾਂ ਤੋਂ ਪਹਿਲਾਂ ਬਣਦੇ ਨਜ਼ਰ ਆ ਰਹੇ ਨੇ। ਹੁਣ ਆਖਿਰਕਾਰ ਇਹ ਚੋਣਾਂ ਕਹਿੰਦੀਆਂ ਕੀ ਨੇ ਔਰ ਇਹਨਾਂ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤੁਹਾਡੇ ਸਾਹਮਣੇ ਰੱਖਦੇ ਰਹਾਂਗੇ। ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।